ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਅੱਜ ਆਪਣੇ ਖਾਸ ਪ੍ਰੋਗਰਾਮ ਦੇ ਵਿੱਚ। OECC ਦੇ ਬਟਾਲਾ ਆਫਿਸ ਵਿੱਚ ਪਹੁੰਚੇ ਹੋਏ ਸੀ, ਅੱਜ ਇੱਕ ਸੈਮੀਨਾਰ ਰੱਖਿਆ ਗਿਆ ਸੀ ਇੱਥੇ। ਸੈਮੀਨਾਰ ਦੇ ਵਿੱਚ ਵੀਜ਼ਾ ਐਕਸਪਰਟ ਵੀਰੀ ਚਾਵਲਾ ਜੀ ਲੋਕਾਂ ਨਾਲ ਮਿਲੇ, ਸਿੱਧੇ ਤੌਰ 'ਤੇ ਮੁਲਾਕਾਤ ਕੀਤੀ, ਔਰ 60 ਤੋਂ 70 ਲੋਕ ਇਹੋ ਜਿਹੇ ਸੀ ਜਿਹੜੇ ਬਟਾਲਾ ਅਤੇ ਆਸ ਪਾਸ ਦੇ ਪਿੰਡਾਂ ਸ਼ਹਿਰਾਂ ਤੋਂ ਚੱਲ ਕੇ ਆਏ ਅਤੇ ਇਹਨਾਂ ਨੂੰ ਮਿਲੇ। ਕੋਈ ਵੀ ਕੰਸਲਟੈਂਟ ਜਦੋਂ ਇੱਕ ਟੀ ਵੀ ਚੈਨਲ 'ਤੇ ਬੈਠ ਕੇ ਗੱਲ ਕਰਦਾ ਹੈ, ਇਸ਼ਤਿਹਾਰ ਦਿੰਦਾ ਅਖਬਾਰਾਂ ਦੇ ਵਿੱਚ, ਫੇਸਬੁੱਕ 'ਤੇ ਗੱਲਬਾਤ ਕਰਦਾ ਹੈ, ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ, ਆਵਾਮ ਨੂੰ ਇਹ ਸੁਨੇਹਾ ਰਹਿੰਦਾ, ਲੋਕਾਂ ਨੂੰ ਇਹੀ ਗੁਜ਼ਾਰਿਸ਼ ਹੁੰਦੀ ਹੈ ਕਿ ਮੰਗ ਕਰ ਲਿਆ ਕਰੋ ਕਿ ਉਸ ਵੀਜ਼ਾ ਐਕਸਪਰਟ ਦੇ ਨਾਲ ਮਿਲਾ ਦਿਉ ਜਿਹੜਾ ਟੀ ਵੀ 'ਤੇ ਬੈਠ ਕੇ ਗੱਲਾਂ ਕਰਦਾ ਹੈ ਜਾਂ ਫਿਰ ਫੇਸਬੁੱਕ 'ਤੇ ਬੈਠ ਕੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ ਹੈ। ਤੁਸੀਂ ਉਹਨਾਂ ਦੀ ਗੱਲਾਂ ਸੁਣ ਕੇ ਉਹਨਾਂ ਦਫ਼ਤਰਾਂ ਵਿੱਚ ਜਾਂਦੇ ਹੋ ਅਤੇ ਕਮਿਊਨੀਕੇਸ਼ਨ ਗੈਪ ਬਹੁਤ ਜ਼ਿਆਦਾ ਪੈ ਜਾਂਦਾ। ਇੱਥੇ ਐਕਸਪਰਟ ਨੇ ਗੱਲ ਕੁਛ ਕੀਤੀ ਹੁੰਦੀ ਹੈ, ਦਫ਼ਤਰਾਂ ਜਾ ਕੇ ਗੱਲਾਂ ਬਦਲ ਜਾਂਦੀਆਂ ਨੇ। OECC ਦੀ ਖਾਸੀਅਤ ਕੀ ਹੈ? ਚਾਵਲ ਸਾਹਿਬ ਆਪ ਮਿਲਦੇ ਨੇ, ਜਿਹੜੇ ਵੀ ਕਲਾਇੰਟਸ ਅਪਲਾਈ ਕਰਨ ਆਉਂਦੇ ਨੇ, ਜਿਹੜੇ ਵੀ ਕਲਾਇੰਟਸ ਗੱਲਬਾਤ ਕਰਨ ਲਈ ਆਉਂਦੇ ਨੇ, ਪੁੱਛਣ ਲਈ ਆਉਂਦੇ ਨੇ। ਸੋ ਅੱਜ ਖਾਸ ਤੌਰ 'ਤੇ ਬਟਾਲਾ ਅਸੀਂ ਆਏ ਹੋਏ ਸੀ ਸੈਮੀਨਾਰ ਦੇ ਵਿੱਚ, ਔਰ ਬਹੁਤ ਲੋਕ ਖੁਸ਼ ਸੀ ਕਿਉਂਕਿ ਉਹਨਾਂ ਨੂੰ ਚਾਵਲ ਸਾਹਿਬ ਸਿੱਧੇ ਤੌਰ 'ਤੇ ਮਿਲੇ ਔਰ ਬਹੁਤ ਸਾਰੀ ਗੱਲਾਂ ਦੀ ਕਲੈਰਟੀ ਹੋ ਗਈ, ਬਹੁਤ ਚੀਜ਼ਾਂ ਕਲੀਅਰ ਹੋ ਗਈਆਂ ਕਿ ਅੱਗੇ ਕਿਹੜੇ ਕਿਹੜੇ ਮੁਲਕ ਦੇ ਵਿੱਚ ਲੋਕਾਂ ਨੂੰ ਵੀਜ਼ੇ ਮਿਲਣ ਦੀ ਉਮੀਦ। ਸੋ ਚਾਵਲਾ ਸਾਹਿਬ ਦਾ ਸਵਾਗਤ ਕਰ ਲੈਂਦੇ, ਵੀਰੀ ਚਾਵਲਾ ਜੀ ਦਾ OECC ਤੋਂ। ਚਾਵਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਅ ਜੀ ਅਤੇ DD ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਸੋ ਚਾਵਲਾ ਸਾਹਿਬ, ਜਿਵੇਂ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਲੋਕ ਸਿਰਫ ਔਰ ਸਿਰਫ ਵੀਜ਼ਾ ਐਕਸਪਰਟ ਨੂੰ ਮਿਲਣ ਜਿਹੜਾ ਟੀ ਵੀ 'ਤੇ ਗੱਲਾਂ ਕਰਦਾ ਹੈ, ਫੇਸਬੁੱਕ 'ਤੇ ਆ ਕੇ ਲੰਬੇ ਲੰਬੇ ਭਾਸ਼ਣ ਦੇ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਹੁੰਦਾ ਕੀ ਹੈ, ਲੋਕਾਂ ਦੇ ਜਦੋਂ ਦਫ਼ਤਰਾਂ ਵਿੱਚ ਜਾਇਆ ਜਾਂਦਾ ਹੈ, ਇੱਕ ਲੋਕ ਚੱਲ ਕੇ ਜਦੋਂ ਐਕਸਪਰਟਸ ਦੇ ਦਫ਼ਤਰਾਂ ਵਿੱਚ ਜਾਂਦੇ ਤਾਂ ਉਹ ਆਪ ਨਹੀਂ ਮਿਲਦੇ, ਕਾਉਂਸਲਰਸ ਬਿਠਾਏ ਹੁੰਦੇ ਆ, ਮੈਨੇਜਰਸ ਬਿਠਾਏ ਹੁੰਦੇ ਆ। ਹੁਣ ਕੁਆਲੀਫਿਕੇਸ਼ਨ ਤਾਂ ਕੋਈ ਨਹੀਂ ਜਾਣਦਾ ਕਿੰਨੀ ਹੁੰਦੀ ਹੈ, ਕੋਈ ਬਾਰਵੀਂ ਪਾਸ ਆ ਅਤੇ ਕੋਈ ਗ੍ਰੈਜੂਏਟ ਆ। ਇੱਕ ਬਾਰਵੀਂ ਪਾਸ ਬੱਚਾ ਆਏ ਕਲਾਇੰਟ ਨੂੰ MBA ਬਾਰੇ ਗੱਲਾਂ ਕਰਕੇ ਸਮਝਾਉਂਦਾ ਕਿ ਤੂੰ MBA ਵਿੱਚ ਚਲ ਜਾ। ਇੱਕ ਗ੍ਰੈਜੂਏਟ ਬੱਚਾ ਜਿਹਨੇ ਆਪ BA ਕੀਤੀ ਆ, ਉਹ ਕਹਿੰਦਾ ਕਿ ਤੂੰ ਮਾਸਟਰ ਕੋਰਸ 'ਤੇ ਚਲ ਜਾ, ਤੇਰੇ ਫਲਾਣੇ ਫਲਾਣੇ ਕੰਟੈਂਟ ਹੋਣਗੇ, ਫਲਾਣੇ ਫਲਾਣੇ ਤੈਨੂੰ ਪੁਆਇੰਟਸ ਮਿਲ ਜਾਣਗੇ। ਸੋ ਕੀ ਮੰਨਦੇ ਹੋ, ਕਿੰਨਾ ਕੁ ਲਾਜ਼ਮੀ ਹੈ ਜਦੋਂ ਚੱਲ ਕੇ ਬੰਦਾ ਦਫ਼ਤਰਾਂ ਵਿੱਚ ਆਉਂਦਾ ਹੈ ਔਰ ਵੀਜ਼ਾ ਐਕਸਪਰਟ ਜਿਹੜਾ ਖੁਦ ਨੂੰ ਪਾਉਂਦਾ, ਸਿਰਫ ਉਹਨੂੰ ਹੀ ਮਿਲੇ ਜਾਂ ਫਿਰ ਕਾਉਂਸਲਰਸ ਨਾਲ ਕੰਮ ਚੱਲ ਜਾਂਦਾ ਮਿਲ ਕੇ? ਦੇਖੋ ਭਾਅ ਜੀ, ਗੱਲ ਇੱਦਾਂ ਕਿ ਸਾਡੀ ਫੀਲਡ 'ਚ ਕੀ ਹੈ, ਸਾਡੀ ਫੀਲਡ 'ਚ ਕੋਈ ਐਸਾ ਕੋਈ ਪ੍ਰੋਡਕਟ ਤਾਂ ਹੈ ਨਹੀਂ, ਜਿਹੜੀ ਉਹ ਸਿਰਫ ਪ੍ਰੋਡਕਟ ਹੈ ਉਹ ਹੈ ਸਾਡੀ ਨੌਲੇਜ, ਰਾਈਟ? ਜਦੋਂ ਆਪਾਂ TV 'ਤੇ ਬੈਠ ਕੇ ਗੱਲਾਂ ਕਰਦੇ ਹਾਂ ਤਾਂ ਜੇ ਸਾਡੇ ਕੋਲ ਅਗਰ ਐਕਚੁਅਲ ਨੌਲੇਜ ਹੈ ਤਾਂ ਅਸੀਂ ਲੋਕਾਂ ਨਾਲ ਬੈਠ ਕੇ ਉਹ ਸਾਂਝੀ ਵੀ ਕਰ ਸਕਦੇ ਹਾਂ, ਚਾਹੇ ਸਟੂਡੈਂਟਸ ਆ ਰਹੇ, ਉਹਨਾਂ ਦੇ ਪੇਰੈਂਟਸ ਆ ਰਹੇ ਆ। ਪਰ ਜੇ ਅਸੀਂ ਰਿਟਨ ਸਕ੍ਰਿਪਟ ਤੋਂ ਪੜ੍ਹ ਕੇ ਬੋਲਣਾ, ਫਿਰ ਸਾਡੇ ਤੋਂ ਕੌਨਫੀਡੈਂਸ ਲੈਵਲ ਨਹੀਂ ਕਿ ਉਹਨਾਂ ਨਾਲ ਬੈਠ ਕੇ ਅਸੀਂ ਗੱਲਬਾਤ ਕਰ ਸਕੀਏ। ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਬੰਦਾ ਤੁਹਾਡੇ ਨਾਲ, ਤੁਸੀਂ ਜਿਹਨੂੰ ਤੁਸੀਂ TV ਰਾਹੀਂ ਸੁਣ ਰਹੇ ਹੋ ਜਾਂ ਫੇਸਬੁੱਕ ਲਾਈਵ ਦੇਖ ਰਹੇ ਹੋ ਜਾਂ ਜਿਹਦੇ ਇਸ਼ਤਿਹਾਰ ਦੇਖ ਰਹੇ, ਤੁਸੀਂ ਉਹਦੇ ਨਾਲ ਕੰਸਲਟ ਕਰੋ, ਕਿਉਂਕਿ ਉਹ ਐਟ ਦੀ ਐਂਡ ਉਹ ਤੁਹਾਡੇ ਬਿਜ਼ਨਸ ਚਲਾ ਰਿਹਾ। ਉਹ ਅਗਰ ਉਹਨੇ ਇਸ ਇੰਡਸਟਰੀ 'ਚ ਕੁਝ ਸਾਲ ਕੰਮ ਕੀਤਾ, ਉਹਨੂੰ ਨੌਲੇਜ ਹੈ, ਉਹਨਾਂ ਦੇ ਥੱਲੋਂ ਹਜ਼ਾਰੋਂ ਕੇਸ ਜਾ ਚੁੱਕੇ, ਹਰ ਕੇਸ ਡਿਫਰੈਂਟ ਹੁੰਦਾ ਅਤੇ ਉਸ ਕਰਕੇ ਹੀ ਉਹਨਾਂ ਦਾ ਐਕਸਪੀਰੀਅੰਸ ਬਣਦਾ ਹੈ। ਕਾਊਂਸਲਰ ਦੀ ਗੱਲ ਕਰਦੇ, ਆਪਾਂ ਇੱਕ ਸਕੂਲ 'ਚ ਜਾਂਦੇ ਹਾਂ, ਸਕੂਲ ਦੇ ਜੇ ਇੱਕ ਟੀਚਰ ਦਾ ਲੈਵਲ ਅਤੇ ਇੱਕ ਪ੍ਰਿੰਸੀਪਲ ਦੇ ਲੈਵਲ 'ਚ ਬਹੁਤ ਫਰਕ ਹੁੰਦਾ। ਟੀਚਰ ਨੇ ਆਪਣੇ ਨੌਲੇਜ ਅਤੇ ਐਕਸਪੀਰੀਅੰਸ ਤੋਂ ਤੁਹਾਨੂੰ ਗੱਲ ਸਮਝਾਉਣੀ ਹੈ, ਅਤੇ ਪ੍ਰਿੰਸੀਪਲ ਜਿਹਨੇ ਕੁਝ ਸਾਲ ਇੱਕ ਸੀਨੀਅਰ ਪੋਜੀਸ਼ਨ 'ਤੇ ਗੁਜ਼ਾਰਿਆ, ਉਹਨੇ ਆਪਣੇ ਲੈਵਲ ਤੋਂ ਗੱਲ ਕਰਨੀ ਹੈ। ਉਹੀ ਚੀਜ਼ ਬਣ ਜਾਂਦੀ ਹੈ ਸਾਡੀ ਇਮੀਗ੍ਰੇਸ਼ਨ ਇੰਡਸਟਰੀ ਦੀ। ਜੇ ਬੰਦਾ ਤੁਹਾਡੇ ਨਾਲ ਆਪ ਡਾਇਰੈਕਟਲੀ ਗੱਲਬਾਤ ਨਹੀਂ ਕਰ ਰਿਹਾ ਅਤੇ ਤੁਸੀਂ ਸਿਰਫ ਕਾਊਂਸਲਰਸ ਨਾਲ ਹੀ ਗੱਲਬਾਤ ਕਰ ਰਹੇ ਹੋ, ਤਾਂ ਸ਼ਾਇਦ ਉਹ ਲੈਕ ਆਫ ਇਨਫੋਰਮੇਸ਼ਨ ਕਿਤੇ ਨਾ ਕਿਤੇ ਵਿੱਚ ਆ ਹੀ ਜਾਣਾ। ਜੀ, ਸੋ ਲੈਕ ਆਫ ਇਨਫੋਰਮੇਸ਼ਨ ਆਉਂਦਾ ਹੈ ਜਦੋਂ ਹੁਣ ਬੈਠ ਕੇ ਤੁਸੀਂ ਕੋਈ ਗੱਲ ਕਰ ਦਿੱਤੀ, ਤੁਸੀਂ ਕੋਈ ਹੋਰ ਆਪਸ਼ਨਾਂ ਦੇ ਦਿੱਤੀਆਂ ਸਟਾਫ ਨੂੰ, ਗਾਂ ਉਹਨੀ ਨੌਲੇਜ ਜਦੋਂ ਨਹੀਂ ਹੁੰਦੀ ਤਾਂ ਅਕਸਰ ਲੋਕ ਧੋਖਾ ਖਾ ਬੈਠਦੇ ਨੇ। ਸੋ ਜਦੋਂ ਵੀ ਕਿਸੇ ਦਫ਼ਤਰ ਵਿੱਚ ਜਾਂਦੇ ਹੋ, ਮੰਗ ਕਰ ਲਿਆ ਕਰੋ ਕਿ ਜਿਹੜੇ ਵੀ ਵੀਜ਼ਾ ਐਕਸਪਰਟ ਨੇ TV 'ਤੇ ਸਲਾਹ ਦਿੱਤੀ ਹੈ, ਫੇਸਬੁੱਕ 'ਤੇ ਸਲਾਹ ਦਿੱਤੀ, ਇੱਕ ਵਾਰ ਉਹਨੂੰ ਮਿਲਾ ਦਿਉ, ਗੱਲਬਾਤ ਕਰ ਲਓ ਔਰ ਸੱਚ ਜਾਣਨ ਦੀ ਕੋਸ਼ਿਸ਼ ਕਰੋ ਕਿ ਜੋ TV 'ਤੇ ਗੱਲਾਂ ਹੋਈਆਂ ਸੀ ਕਿ ਐਕਚੁਅਲ 'ਚ ਰੈਲਿਟੀ 'ਚ ਵੀ ਉਹੀ ਹੋ ਰਹੀਆਂ। ਸੋ OECC ਤੋਂ ਵੀਜ਼ਾ ਐਕਸਪਰਟ ਵੀਰੀ ਚਾਵਲਾ ਜੀ ਆਪਣੇ ਵੱਖ ਵੱਖ ਬ੍ਰਾਂਚਿਸ ਦੇ ਵਿੱਚ ਹਫ਼ਤੇ ਦੇ ਹਰ ਇੱਕ ਦਿਨ ਹੁੰਦੇ ਨੇ। ਸੋਮਵਾਰ ਦੀ ਗੱਲ ਕਰ ਲਈਏ ਤਾਂ ਲੁਧਿਆਣਾ, ਮੰਗਲਵਾਰ ਦੀ ਗੱਲ ਕਰ ਲਈਏ ਦੂਸਰੇ ਆਫਿਸ ਦੇ ਵਿੱਚ, ਬੁੱਧਵਾਰ ਦੀ ਗੱਲ ਕਰ ਲਈਏ ਤੀਸਰੇ ਆਫਿਸ ਦੇ ਵਿੱਚ, ਯਾਨੀ ਹਰ ਜਗ੍ਹਾ 'ਤੇ ਅਵੇਲੇਬਿਲਿਟੀ ਹੈ, ਹਫ਼ਤੇ ਦੇ ਵਿੱਚ ਇੱਕ ਦਿਨ ਰੱਖਿਆ ਗਿਆ ਜਿੱਥੇ ਤੁਹਾਨੂੰ ਮਿਲ ਸਕਦੇ ਨੇ। 7300776 ਫ੍ਰੀ ਵੀਜ਼ਾ ਹੈਲਪਲਾਈਨ ਨੰਬਰ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਘਰ ਬੈਠੇ ਵੀ ਪਤਾ ਕਰ ਸਕਦੇ ਹੋ ਕਿ ਕੀ ਤੁਸੀਂ ਐਲੀਜੀਬਲ ਹੋ ਵੀ ਅਪਲਾਈ ਕਰਨ ਲਈ ਜਾਂ ਐਲੀਜੀਬਲ ਨਹੀਂ ਹੋ। ਸੋ ਚਾਵਲਾ ਸਾਹਿਬ, ਜਦੋਂ ਪ੍ਰੋਗਰਾਮ ਆਪਾਂ ਸ਼ੁਰੂ ਕੀਤੇ ਸੀ ਅੱਜ ਤੋਂ, ਜਿਵੇਂ 2 ਸਾਲ ਪਹਿਲਾਂ ਦੀ ਗੱਲ ਕਰ ਲਾਂ, 300-350 ਯੂਨੀਵਰਸਿਟੀਆਂ ਸੀ ਜਿਹੜੇ ਸਿੱਧੇ ਤੌਰ 'ਤੇ ਤੁਹਾਡੇ ਪੈਨਲ 'ਤੇ ਸੀ, ਜਿਨ੍ਹਾਂ ਤੁਸੀਂ ਸਿੱਧੇ ਤੌਰ 'ਤੇ ਕੰਮ ਕਰਦੇ ਸੀ। ਸੋ ਇਹ ਸਾਲ ਡੇਢ ਸਾਲ ਦੇ ਵਕਫੇ ਦੇ ਵਿੱਚ ਹੋਰ ਨਵਾਂ ਕੀ ਕੀਤਾ? ਨਵੀਆਂ ਯੂਨੀਵਰਸਿਟੀਆਂ ਕਿਹੜੀਆਂ ਐਡ ਹੋਈਆਂ, ਕਿਹੜੇ ਮੁਲਕਾਂ ਦੀਆਂ ਯੂਨੀਵਰਸਿਟੀਆਂ? ਦੇਖੋ ਭਾਅ ਜੀ, ਰੈਗੂਲਰ ਬੇਸਿਸ 'ਤੇ ਸਾਡੇ ਜਿਹੜੀ ਯੂਨੀਵਰਸਿਟੀ ਐਗਰੀਮੈਂਟਸ ਹੈ ਉਹ ਅਪਡੇਟ ਹੁੰਦੇ ਰਹਿੰਦੇ ਆ, ਕਿਉਂਕਿ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਾਂ ਤਾਂ ਮੈਂ ਆਪ ਟਰੈਵਲ ਕਰਾਂ ਵੱਖ ਵੱਖ ਮੁਲਕਾਂ 'ਚ, ਜਿਵੇਂ ਰੈਗੂਲਰ ਬੇਸਿਸ 'ਤੇ ਮੈਂ ਆਸਟ੍ਰੇਲੀਆ, ਕੈਨੇਡਾ,
ਜਰਮਨੀ ਵੀ ਹੋਇਆ ਹੈ, ਕਈ ਵਾਰ ਡੈਨਮਾਰਕ ਵੀ ਹੋਇਆ ਹੈ। ਸਿਮਿਲਰਲੀ ਮੇਰੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਅਗਰ ਮੈਂ ਨਹੀਂ ਜਾ ਸਕਦਾ ਤਾਂ ਮੇਰੀ ਜਿਹੜੀ ਹਾਇਰ ਮੈਨੇਜਮੈਂਟ ਟੀਮ ਹੈ ਉਹ ਟਰੈਵਲ ਕਰੇ। ਰੀਜ਼ਨ ਕੀ ਹੁੰਦਾ ਕਿ ਆਪਾਂ ਇੱਕ ਯੂਨੀਵਰਸਿਟੀ ਨਾਲ ਬੈਠੇ ਅਤੇ ਕਾਗਜ਼ ਤਾਂ ਸਾਈਨ ਕਰ ਲੈਂਦੇ ਹਾਂ, ਲੇਕਿਨ ਜਦ ਤੱਕ ਅਸੀਂ ਉੱਥੇ ਗਰਾਊਂਡ 'ਤੇ ਨਹੀਂ ਜਾਂਦੇ ਸਾਨੂੰ ਇਹ ਨਹੀਂ ਐਗਜੈਕਟਲੀ ਪਤਾ ਕਿ ਉਹ ਕੀ ਕਿੱਦਾਂ ਦੀ ਯੂਨੀਵਰਸਿਟੀ ਹੈ, ਕੀ ਉਹਦੀ ਲੋਕੇਸ਼ਨ ਹੈ, ਕਿੱਦਾਂ ਦੀ ਸਪੋਰਟ ਸਰਵਿਸਿਸ ਪ੍ਰੋਵਾਈਡ ਕਰ ਰਹੀ ਹੈ, ਆਸ ਪਾਸ ਦਾ ਇਨਵਾਇਰਮੈਂਟ ਕਿੱਦਾਂ ਦਾ, ਸੇਫਟੀ ਸਿਕਿਉਰਿਟੀ ਕਿੰਨੀ, ਉਹਦੇ ਕੰਸਰਨਸ ਕਿੱਦਾਂ ਦੇ ਹੈ, ਨਾਲ ਦੀ ਨਾਲ ਉੱਥੇ ਬੱਚੇ ਲਈ ਪਾਰਟ ਟਾਈਮ ਵਰਕ ਓਪਰਚੁਨਿਟੀਜ਼ ਕਿੱਦਾਂ ਦੀਆਂ। ਸੁਣੀ ਸੁਣਾਈ ਗੱਲ ਤਾਂ ਹਰ ਕੋਈ ਸੁਣ ਲੈਂਦਾ, ਦੇਖ ਕੇ ਹੀ ਪਤਾ ਚੱਲਦਾ ਕਿ ਅਸਲੀਅਤ ਕਿੰਨੀ ਕੁ ਹੈ। ਇਸ ਲਈ ਰੈਗੂਲਰ ਬੇਸਿਸ 'ਤੇ ਅਸੀਂ ਟਰੈਵਲ ਕਰ ਰਹੇ ਹਾਂ ਵੱਖ ਵੱਖ ਮੁਲਕਾਂ 'ਚ, ਅਤੇ ਨਾਲ ਦੀ ਨਾਲ ਸਾਡੇ ਜਿਹੜੇ ਯੂਨੀਵਰਸਿਟੀ ਐਗਰੀਮੈਂਟਸ ਹੈ, ਪਾਰਟਨਰਸ਼ਿਪ ਐਗਰੀਮੈਂਟਸ ਹੈ, ਉਹ ਵੀ ਵੱਧ ਰਹੇ ਹੈ। ਤਕਰੀਬਨ ਅੱਜ ਦੀ ਡੇਟ 'ਚ ਗੱਲ ਕਰੀਏ ਤਾਂ OECC 600 ਤੋਂ ਵੀ ਵੱਧ ਯੂਨੀਵਰਸਿਟੀ ਕਾਲਜਿਸ ਨਾਲ ਡਾਇਰੈਕਟਲੀ ਤਾਲੁਕਾਤ ਰੱਖ ਕੇ ਬੈਠੀ ਹੈ, ਤਾਂ ਕਿ ਬੱਚਿਆਂ ਤੱਕ ਫਸਟ ਹੈਂਡ ਇਨਫੋਰਮੇਸ਼ਨ ਪਹੁੰਚੇ। ਇਹ ਨਹੀਂ ਕਿ ਤੁਸੀਂ ਇੱਕ ਕੰਸਲਟੈਂਟ ਕੋਲ ਜਾ ਰਹੇ ਹੋ, ਇੱਕ ਕੰਸਲਟੈਂਟ ਦੂਜੇ ਕੋਲ ਜਾ ਰਿਹਾ, ਉਹ ਦੂਜੀ ਫਾਈਲ ਕਿਸੇ ਤੀਜੇ ਕੋਲ ਆ ਰਹੀ ਹੈ ਜਾਂ ਸਾਡੇ ਕੋਲ ਆ ਰਹੀ ਹੈ। ਕੋਸ਼ਿਸ਼ ਇਹੀ ਹੈ ਕਿ ਜੇ ਅਸੀਂ ਇਨਫੋਰਮੇਸ਼ਨ ਬੱਚੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਬੱਚੇ ਨੂੰ, ਸਾਨੂੰ ਜਿਹੜੇ ਸਾਡੀ ਯੂਨੀਵਰਸਿਟੀ ਪਾਰਟਨਰ ਹੈ ਉਹਨਾਂ ਦੇ ਥਰੂ ਮਿਲੇ, ਅਤੇ ਅਸੀਂ ਉਹ ਇਨਫੋਰਮੇਸ਼ਨ ਡਾਇਰੈਕਟਲੀ ਬੱਚੇ ਤੱਕ ਪਹੁੰਚਾਈਏ। ਜੀ, ਸੋ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਅਗਲੇ ਹਫ਼ਤੇ ਐਪਲੀਕੇਸ਼ਨ ਡੇ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ, ਚਾਹੇ ਉਹ ਕਨੇਡਾ ਹੋਵੇ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਉਹ US ਹੋਵੇ, ਕਿਸੇ ਵੀ ਮੁਲਕ ਦੇ ਵਿੱਚ ਅਗਰ ਕੋਈ ਅਪਲਾਈ ਕਰਨਾ ਚਾਹੁੰਦਾ, ਤੁਸੀਂ ਐਪਲੀਕੇਸ਼ਨ ਡੇ ਦੇ ਵਿੱਚ ਆ ਕੇ ਉਸ ਹਫ਼ਤੇ ਦੇ ਵਿੱਚ ਆ ਕੇ ਉਹ ਤੁਹਾਡੇ ਕੋਲ ਅਪਲਾਈ ਕਰ ਸਕਦਾ ਹੈ। ਪਰ ਪਹਿਲਾਂ ਥੋੜ੍ਹੀ ਜਿਹੀ ਗੱਲ UK ਦੀ ਕਰ ਲਈ, ਆਪਾਂ ਤਾਂ UK 'ਚ ਬਹੁਤ ਚਰਚਾ ਦੇ ਵਿੱਚ ਆ, ਕੀ ਮੰਨਦੇ ਹੋ ਕਿ UK ਜਿੰਨਾ ਬੂਮ ਦੇ ਵਿੱਚ ਆ ਰਿਹਾ, ਜਿੰਨੇ ਲੋਕ UK ਨੂੰ ਪ੍ਰਮੋਟ ਕਰ ਰਹੇ ਆ, ਜਿਸ ਲੈਵਲ 'ਤੇ ਪ੍ਰਮੋਟ ਕਰ ਰਹੇ, ਉਸ ਲੈਵਲ 'ਤੇ UK ਵੀਜ਼ੇ ਦਊਗਾ? ਦੇਖੋ ਭਾਅ ਜੀ, ਹੁਣ ਤੱਕ ਤਾਂ ਅਗਰ ਆਪਾਂ ਸਕਸੈਸ ਰੇਟ ਦੀ ਗੱਲ ਕਰੀਏ, ਮੈਂ ਦੇਖੋ ਮਾਰਕੀਟ ਦੀ ਤਾਂ ਗੱਲ ਨਹੀਂ ਕਰ ਸਕਦਾ, ਹਜੇ ਕੋਈ ਗਵਰਨਮੈਂਟ ਵੱਲੋਂ ਸਟੈਟਸ ਵੀ ਨਹੀਂ ਆਏ, ਪਰ ਹੁਣ ਤੱਕ ਜਿਹੜਾ ਸਾਡਾ ਸਕਸੈਸ ਰੇਟ ਆ ਉਹ 99% ਰਿਹਾ। UK ਫਾਈਨਲੀ ਦੇਖੋ ਬ੍ਰੀਐਗਜ਼ਿਟ ਤੋਂ ਬਾਅਦ ਉੱਥੇ ਜੋਬਸ ਵੱਧ ਰਹੀਆਂ, ਸਕਿੱਲ ਸ਼ੋਰਟੇਜਸ ਵੱਧ ਰਹੀਆਂ, ਜਿਸ ਕਰਕੇ ਹੁਣ ਉਹਨਾਂ ਦੀ ਇਕੋਨਮੀ ਵੀ ਥੋੜ੍ਹੀ ਹਿੱਲ ਰਹੀ ਹੈ, ਨਾਲ ਦੀ ਨਾਲ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਦੀ ਲੋੜ ਹੈ, ਨਵਾਂ ਬਲੱਡ ਇਨਫਿਊਜ਼ ਕਰਨ ਦੀ ਲੋੜ ਹੈ ਇਕੋਨਮੀ 'ਚ, ਜਿਹੜਾ ਕਿ ਉੱਥੇ ਕੰਟਰੀਬਿਊਟ ਕਰ ਸਕੇ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਨੂੰ ਵੀ ਅਤੇ ਲੇਬਰ ਸਕਿੱਲ ਸ਼ੋਰਟੇਜ ਨੂੰ ਵੀ। ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਹਜੇ UK ਵੀਜ਼ਾ ਓਪਨ ਕਰਕੇ ਰੱਖੇਗਾ। ਤੁਸੀਂ +2 ਪਾਸ ਆਊਟ ਹੋ, ਤੁਹਾਡੇ 5.5 ਬੈਂਡ ਹੈ, ਲੇਕਿਨ ਅਗਰ 5.5 ਬੈਂਡ ਦੇ ਬੇਸਿਸ 'ਤੇ ਤੁਸੀਂ ਜਾਣਾ ਚਾਹੁੰਦੇ ਹੋ, ਤੁਹਾਨੂੰ UK VIELTS ਕਰਨਾ ਪਏਗਾ, ਜਿਹੜਾ ਕਿ UK ਦਾ ਸਪੈਸ਼ਲਾਈਜ਼ਡ ਆਇਲਸ ਹੈ। ਉਹਦੇ ਬੇਸਿਸ 'ਤੇ ਤੁਸੀਂ ਫਾਊਂਡੇਸ਼ਨ ਪਲੱਸ ਬੈਚਲਰਸ ਡਿਗਰੀ ਲਈ ਜਾ ਸਕਦੇ ਹੋ। ਪਰਸੈਂਟੇਜ ਦੀ ਭਾਅ ਜੀ ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ, ਤੁਹਾਡੇ 55% ਓਵਰਆਲ ਹੋਣੇ ਚਾਹੀਦੇ। ਜੀ, ਸੋ 3-4 ਮਹੀਨੇ ਪਹਿਲਾਂ UK ਇੱਕ ਵਾਰ ਦੁਬਾਰਾ ਚਰਚਾ 'ਚ ਆਇਆ, ਬੂਮ ਦੇ ਵਿੱਚ ਆਇਆ, ਲੋਕਾਂ ਦੇ ਮੂੰਹਾਂ 'ਤੇ ਸੁਣਿਆ UK ਬਾਰੇ। 4-5 ਮਹੀਨੇ ਬਾਅਦ UK ਨੇ ਫਿਰ ਹਰਕਤ 'ਚ ਆਉਂਦਿਆਂ ਕੋਈ ਨਵੀਂ ਤਬਦੀਲੀ ਕਰ ਦਿੱਤੀ ਨਿਯਮਾਂ ਦੇ ਵਿੱਚ। ਜਿਵੇਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਕਿ ਹੁਣ UK ਡਿਮਾਂਡ ਕਰਦਾ ਕਿ ਜਦੋਂ ਬੱਚੇ ਨੇ ਫਾਈਲ ਲਾਉਣੀ ਹੈ ਅੰਬੈਸੀ ਦੇ ਵਿੱਚ ਜਾਂ ਔਨਲਾਈਨ ਫਾਈਲ ਲਾਉਣੀ ਹੈ, ਤਾਂ ਉਹਨੂੰ ਉੱਥੋਂ ਆਪਣਾ ਲੋਕਲ ਅਕੋਮੋਡੇਸ਼ਨ ਪਰੂਫ ਦੇਣਾ ਪਊਗਾ ਕਿ ਬੱਚੇ ਨੇ ਜਾ ਕੇ ਰਹਿਣਾ ਕਿੱਥੇ ਹੈ। ਸੋ 3-4 ਮਹੀਨੇ ਬਾਅਦ ਹੀ ਐਡਾ ਵੱਡਾ ਬਦਲਾਵ ਕਰ ਦੇਣਾ, ਦੈਟ ਮੀਨਸ ਇਹ ਪੋਜ਼ਿਟਿਵ ਸਾਈਨ ਆ। ਉਹ ਚਾਹੁੰਦਾ ਕਿ ਕੋਈ ਬੱਚਾ ਇਸ ਚੀਜ਼ ਨੂੰ ਕਿਸੇ ਤਰ੍ਹਾਂ ਆ ਕੇ ਅਬਿਊਜ਼ ਨਾ ਕਰੇ ਸਿਸਟਮ ਨੂੰ, ਔਰ ਲੰਮੇ ਤੌਰ ਬਿਲਕੁਲ ਭਾਜੀ। ਦੇਖੋ, ਜਦ ਇੱਕ ਕੰਟਰੀ ਕੋਈ ਵੀਜ਼ਾ ਓਪਨ ਕਰਦੀ ਹੈ ਤਾਂ ਉਹਦੇ ਜਿਹੜੇ ਹੈ ਲੀਗਲ ਪੋਲਿਸੀਜ਼ ਅਤੇ ਇਮੀਗ੍ਰੇਸ਼ਨ ਪੋਲਿਸੀਜ਼ ਕਿਤੇ ਨਾ ਕਿਤੇ ਅਬਿਊਜ਼ ਵੀ ਹੁੰਦੀਆਂ। ਪਿਛਲੇ ਕੁਝ ਦਿਨਾਂ 'ਚ ਆਪਾਂ ਦੇਖਿਆ ਕਿ ਆਸਟ੍ਰੇਲੀਆ ਨੇ ਵੈਸੇ ਇੱਕ ਨਿਊਜ਼ ਨਿਕਾਲੀ ਸੀ ਕਿ ਸ਼ਾਇਦ ਇੰਡੀਆ ਨੂੰ ਵਰਕਿੰਗ ਹੋਲੀਡੇ ਵੀਜ਼ਾ ਦੀ ਕੈਟੇਗਰੀ 'ਚ ਪਾ ਦਿੱਤਾ ਜਾਵੇ, ਲੇਕਿਨ ਕੁਝ ਏਜੰਟ ਨੇ ਜਾ ਕੇ ਔਨਲਾਈਨ ਹਰ ਜਗ੍ਹਾ ਪ੍ਰਮੋਸ਼ਨ ਕਰਤੀ। ਵਿਚਾਰੇ ਜਿਹੜੇ ਗਰੀਬ ਤਬਕੇ ਦੇ ਲੋਕ ਹੈ, ਜਿਹੜੇ ਇੱਕ ਉਮੀਦ ਲੈ ਕੇ ਬੈਠੇ ਕਿ ਕਿਸੇ ਨਾ ਕਿਸੇ ਸਾਡਾ ਵੀ ਹੀਲਾ ਵਸੀਲਾ ਹੋ ਜਾਏ, ਅਸੀਂ ਵੀ ਬਾਹਰ ਜਾ ਕੇ ਸੈਟਲ ਹੋ ਜਾਈਏ, ਉਹਨਾਂ ਨੂੰ ਟਾਰਗੇਟ ਕਰਕੇ ਹਜ਼ਾਰਾਂ ਦੀ ਕਤੀਰ 'ਚ ਆਪਣੇ ਆਫਿਸਾਂ 'ਚ ਲਾਈਨਾਂ ਲਵਾਈਆਂ। ਅਬਿਊਜ਼ਿੰਗ ਕਿ ਆਫ ਜਿਹੜੀ ਹੈ, ਜਿਹੜੇ ਨੋਰਮਸ ਹੈ ਉਹ ਕਿਤੇ ਨਾ ਕਿਤੇ ਆਉਂਦੇ ਹੀ ਆਉਂਦੇ ਹੈ। ਹੁਣ UK 'ਚ ਵੀ ਇਹੀ ਹੋ ਰਿਹਾ, ਪਿਛਲੇ ਕੁਛ ਤਾਂ ਸਮੇਂ 'ਤੇ ਇੱਕਦਮ ਹੀ ਆਲ ਓਵਰ ਸਡਨ ਆਪਾਂ ਦੇਖਿਆ ਕਿ ਲੋਕ ਆਸਟ੍ਰੇਲੀਆ ਕੈਨੇਡਾ ਛੱਡ ਕੇ UK ਦੀ ਗੱਲ ਕਰਨ ਲੱਗ ਪਏ ਆ, ਰਾਤੋ ਰਾਤ ਹਜ਼ਾਰਾਂ ਦੀ ਤਾਦਾਦ 'ਚ ਫਾਈਲਾਂ ਲੱਗ ਰਹੀ ਹੈ। ਲੇਕਿਨ ਜਿਹੜੀ ਕੰਟਰੀ ਨੇ 2011-12 ਤੋਂ ਵੀਜ਼ੇ ਬੰਦ ਕਰਕੇ ਰੱਖੇ ਸੀ, ਆਲ ਮਤਲਬ ਚੱਲ ਰਹੇ ਸੀ, ਲੇਕਿਨ ਲਿਮਿਟਡ ਜਿਹੀ ਓਪਰਚੁਨਿਟੀ ਸੀ, ਬੱਚੇ ਰਾਈਟਸ ਨਹੀਂ, ਵਰਕ ਰਾਈਟਸ ਨਹੀਂ ਸੀ। ਹੁਣ ਸ਼ੁਰੂ ਕਰਤਾ, ਫਿਰ ਤੋਂ ਓਪਨ ਕਰਨਾ ਸ਼ੁਰੂ ਕਰਤਾ, ਤਾਂ ਉਹਨੂੰ ਕੁਛ ਨਾ ਕੁਛ ਡਰਮੈਟਿਕ ਚੇਂਜਸ ਲਿਆਉਣੀਆਂ ਪੈਣਗੀਆਂ, ਤਾਂ ਕਿ ਜਿਹੜਾ ਉਹ 2007-8-9-10-11 ਵਾਲਾ ਜਿਹੜਾ ਸਿਸਟਮ ਹੈ ਦੁਬਾਰਾ ਨਾ ਬਣ ਜਾਏ। ਇਹ ਕੁਆਲਿਟੀ ਬੱਚਾ ਹੈ ਜਿਹੜੀ ਵਧੀਆ ਐਜੂਕੇਸ਼ਨ 'ਚ ਆਏ, ਜਿਹੜਾ ਉੱਥੇ ਕੰਟਰੀਬਿਊਟ ਕਰੇ ਉਹਨਾਂ ਦੀ ਬਿਜ਼ਨਸਿਸ ਨੂੰ, ਲੋਕਲ ਇਕੋਨਮੀ ਨੂੰ, ਜੇ ਕੱਲ੍ਹ ਨੂੰ ਪੋਸਟ ਸਟੱਡੀ ਵਰਕ ਵੀਜ਼ਾ ਤੋਂ ਬਾਅਦ ਉਹਨਾਂ ਨੂੰ ਮਾਈਗ੍ਰੇਸ਼ਨ ਦੀ ਆਪਸ਼ਨ ਵੀ ਬਣੀ ਹੈ, ਤਾਂ ਇੱਕ ਐਸੈਟ ਬਣੇ, ਨਾ ਕਿ ਲਾਇਬਿਲਿਟੀ ਕਿ ਉੱਥੇ ਗਏ ਹਾਂ ਪੜ੍ਹਾਈ ਦੀ ਜਗ੍ਹਾ ਅਸੀਂ ਭੱਜ ਲਏ ਹਾਂ, ਕੋਈ ਰਿਸ਼ਤੇਦਾਰ ਲੱਭ ਲਿਆ। ਕਿਉਂਕਿ ਸਾਡੇ ਬੜੇ ਲੋਕਾਂ ਦੀ ਇਹੀ ਸੋਚ ਹੁੰਦੀ ਕਿ ਇੱਕ ਵਾਰ ਪਹੁੰਚ ਜਾਈਏ ਉੱਥੇ ਕੋਈ ਨਾ ਕੋਈ ਸਾਡਾ ਰਿਸ਼ਤੇਦਾਰ ਕੁੜੀ ਲੱਭ ਦੂਗਾ ਜਿੰਨਾ ਵਿਆਹ ਕਰਕੇ ਉੱਥੇ ਰਹਿ ਲਾਂਗੇ, ਅਤੇ ਇਹ ਸਾਡੇ ਜਿਹੜਾ ਮਾਇੰਡ ਸੈਟ ਹੈ ਇਹਨੂੰ ਦੇਖਦੇ ਹੋਏ ਗਵਰਨਮੈਂਟ ਕੁਛ ਤਾਂ ਸਟ੍ਰਿਕਟ ਐਕਸ਼ਨ ਲੈਣਾ ਹੀ ਹੈ ਭਾਜੀ। ਜੀ, ਸੋ ਪੰਜਾਬ ਦੀ, ਚਲੋ ਆਪਾਂ 100,000 ਲੋਕ ਕਹਿੰਦੇ ਨੇ ਕਿ ਅਸੀਂ ਪੜ੍ਹਨ ਜਾਣਾ UK ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਪਰ ਅਲਟੀਮੇਟਲੀ ਮੈਂਟੈਲਿਟੀ ਇਹ ਹੁੰਦੀ ਹੈ ਕਿ ਇੱਕ ਬਹਾਨਾ ਹੈ UK 'ਚ
ਸਮਾਰਟ ਹੋ ਚੁੱਕਿਆ ਹੈ, ਬੱਚਾ ਕੰਪੀਟ ਕਰਦਾ ਕਿ ਅਗਰ ਅੱਜ ਮੈਂ ਬੈਂਗਲੋਰ ਦਿੱਲੀ ਪੜ੍ਹਨ ਜਾ ਰਿਹਾ, ਮੇਰੀ ਸਲਾਨਾ ਫੀਸ 12 ਲੱਖ ਰੁਪਏ, ਉਹੀ ਮੈਂ ਕੈਨੇਡਾ ਜਾ ਕੇ ਪੜ੍ਹ ਸਕਦਾ ਜਿੱਥੇ ਉੱਥੇ ਵੈਲਿਊ ਵੀ ਹੈ, ਕੱਲ੍ਹ ਨੂੰ ਮੇਰੇ ਕੋਲ ਆਪਸ਼ਨ ਹੈ ਕਿ ਮੈਂ ਉੱਥੇ ਸੈਟਲਮੈਂਟ ਹੋ ਸਕਦਾ। ਲੇਕਿਨ ਬਹੁਤ ਸਾਰੇ ਤੁਸੀਂ ਬੱਚੇ ਦੇਖੋਗੇ ਜਿਹੜੇ ਉੱਥੋਂ ਜਾ ਕੇ ਪੜ੍ਹ ਰਹੇ ਆ, ਉੱਥੋਂ ਦੇ ਆਈਡੀਆਜ਼ ਲੈ ਕੇ ਇੱਥੇ ਵਾਪਸ ਆ ਕੇ ਇੰਪਲੀਮੈਂਟ ਕਰ ਰਹੇ ਆ। ਬਹੁਤ ਸਾਰੀ ਵੱਡੀ ਵੱਡੀ ਕੰਪਨੀਆਂ ਜਿਹੜੇ ਉੱਥੇ ਉਹਨਾਂ ਜਿਨ੍ਹਾਂ ਦੇ ਓਨਰਸ ਕੋਈ ਆਸਟ੍ਰੇਲੀਆ ਤੋਂ ਪੜ੍ਹ ਕੇ ਆਇਆ, ਕੋਈ ਇੰਗਲੈਂਡ ਤੋਂ ਪੜ੍ਹ ਕੇ ਆਇਆ, ਕੋਈ ਕੈਨੇਡਾ ਤੋਂ ਪੜ੍ਹ ਕੇ ਆਇਆ, ਜਿਨ੍ਹਾਂ ਨੇ ਇੱਥੇ ਬਹੁਤ ਵਧੀਆ ਬਿਜ਼ਨਸ ਐਸਟੈਬਲਿਸ਼ ਕੀਤੇ ਆ। ਕਿਹਨੂੰ ਨਹੀਂ ਪਤਾ ਹੋਗਾ ਪੰਜਾਬ 'ਚ ਨਿੱਕ ਬੇਕਰਸ ਹੈ, ਉਹ ਨਿੱਕ ਕਿੱਥੋਂ ਆਇਆ? ਆਸਟ੍ਰੇਲੀਆ ਦਾ ਇੱਕ ਸ਼ੈਫ ਸੀ। ਅਤੇ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਜਿਹੜਾ ਬਾਹਰ ਜਾਂਦੇ ਹਾਂ ਸਿਰਫ ਸੈਟਲਮੈਂਟ ਆਪਸ਼ਨ ਦੇਖ ਰਹੇ ਹਾਂ, ਅਸੀਂ ਐਕਸਪੋਜ਼ਰ ਵੀ ਜਾਂਦੇ ਹਾਂ। ਰਹੀ ਗੱਲ ਦੇਖੋ, ਜਿੰਨੇ ਸੈਟਲ ਵੀ ਹੋਣਾ ਚਾਹੁੰਦਾ, ਆਉਣ ਵਾਲਾ ਸਮਾਂ ਅਗਰ ਤੁਹਾਨੂੰ ਯੂਨੀਵਰਸਿਟੀ ਆਪਸ਼ਨ ਦੇ ਰਹੀ ਹੈ ਉੱਥੇ ਜਾ ਕੇ ਪੜ੍ਹਨ ਲਈ, ਤੁਹਾਨੂੰ ਵੀਜ਼ਾ ਗ੍ਰਾਂਟ ਹੋ ਰਿਹਾ, ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਰਾਈਟਸ ਹੈ, ਤਾਂ ਕਿਤੇ ਨਾ ਕਿਤੇ ਜਿਹੜਾ ਯੂਕੇ ਜਿਹੜੀ ਗਵਰਨਮੈਂਟ ਹੈ ਉਹ ਮਾਈਗ੍ਰੇਸ਼ਨ ਆਪਸ਼ਨਸ ਵੀ ਬੱਚਿਆਂ ਲਈ ਓਪਨ ਕਰੇਗੀ। ਜੀ, ਸੋ ਦਰਸ਼ਕ ਜਿਹੜੇ ਹੁਣ ਜੁੜੇ ਨੇ, ਦੱਸਦੇ ਕਿ OECC ਦੇ ਵੀਜ਼ਾ ਐਕਸਪਰਟ ਬੀਰੀ ਚਾਵਲਾ ਜੀ ਸਾਡੇ ਨਾਲ ਮੰਚ 'ਤੇ ਗੱਲਬਾਤ ਕਰ ਰਹੇ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੁੰਦੇ ਹੋ ਕਾਲ ਕਰ ਸਕਦੇ ਹੋ 7300477 0046 ਨੰਬਰ 'ਤੇ। ਸੈਮੀਨਾਰਸ ਰੱਖੇ ਜਾ ਰਹੇ ਨੇ, ਸੈਮੀਨਾਰਸ ਦਾ ਮਤਲਬ ਇਹੀ ਹੁੰਦਾ ਹੈ ਕਿ ਜੇਕਰ ਤੁਸੀਂ ਵੀਜ਼ਾ ਐਕਸਪਰਟ ਨੂੰ ਮਿਲਣਾ ਚਾਹੁੰਦੇ ਹੋ ਤਾਂ ਉਸ ਦਿਨ ਨੂੰ ਰਾਖਵਾਂ ਰੱਖਿਆ ਜਾਂਦਾ ਤੁਹਾਡੇ ਲਈ, ਤਾਂ ਕਿ ਤੁਸੀਂ ਚੱਲ ਕੇ ਆਓ ਅਤੇ ਵੀਜ਼ਾ ਐਕਸਪਰਟ ਨੂੰ ਮਿਲ ਸਕੋ। ਸੋ ਚਲੋ ਸਾਹਿਬ, ਸੈਮੀਨਾਰਸ ਕਿੱਥੇ ਕਿੱਥੇ ਹੋ ਰਹੇ ਨੇ, ਕਦੋਂ ਕਦੋਂ ਹੋ ਰਹੇ ਨੇ? ਭਾਈ, ਜਿਹੜੇ ਸੈਮੀਨਾਰਸ ਕਰਾਏ ਜਾ ਰਹੇ ਆ, OECC ਦੇ ਕੈਨੇਡਾ ਐਪਲੀਕੇਸ਼ਨਸ ਡੇ ਕਰਾਇਆ ਜਾ ਰਿਹਾ। ਜਨਰਲੀ ਆਪਾਂ ਦੇਖ ਰਹੇ ਹਾਂ ਕਿ ਬਾਹਰ ਵੱਡੇ ਵੱਡੇ ਫੇਅਰਸ ਹੁੰਦੇ ਆ, ਜਿੱਥੇ ਕਈ ਵਾਰ ਅਗਰ ਯੂਨੀਵਰਸਿਟੀ ਕਾਲਜਸ ਨਹੀਂ ਆਉਂਦੇ ਤਾਂ ਲੋਕ ਆਪਣਾ ਹੀ ਸਟਾਫ ਬਿਠਾ ਕੇ ਸਟੈਂਡ ਲਗਾ ਕੇ ਬੱਚਿਆਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਚਾਹੁੰਦੇ ਹੈ, ਤਾਂ ਕਿ ਇੱਕ ਇਕੱਠ ਹੋ ਜਾਏ ਅਤੇ ਬੱਚਿਆਂ ਨੂੰ ਮਿਸਗਾਈਡ ਕੀਤਾ ਜਾ ਸਕੇ। ਲੇਕਿਨ OECC ਦੀ ਅਪਰੋਚ ਥੋੜ੍ਹੀ ਡਿਫਰੈਂਟ ਹੈ। ਅਸੀਂ ਬਿਲੀਵ ਕਰਦੇ ਕਿ ਜਿਹੜੀ ਯੂਨੀਵਰਸਿਟੀਜ਼ ਹੈ ਉਹ ਬੱਚਿਆਂ ਨਾਲ ਡਾਇਰੈਕਟਲੀ ਸੰਪਰਕ ਕਰਨ, ਬੱਚਿਆਂ ਨਾਲ ਡਾਇਰੈਕਟਲੀ ਗੁਫ਼ਤਗੂ ਕਰਨ, ਤਾਂ ਕਿ ਬੱਚਿਆਂ ਨੂੰ ਫਸਟ ਹੈਂਡ ਇਨਫੋਰਮੇਸ਼ਨ ਮਿਲੇ ਕਿ ਉਹ ਯੂਨੀਵਰਸਿਟੀ ਕਿੱਥੇ ਲੋਕੇਟਡ ਹੈ, ਕੀ ਇਨਫੋਰਮੇਸ਼ਨ ਹੈ ਪ੍ਰੋਵਾਈਡ ਕਰੀ ਆਪਣੇ ਕੋਰਸਿਸ ਰਿਗਾਰਡਿੰਗ, ਕਿਹੜੀ ਲੋਕੇਸ਼ਨ ਹੈ, ਉਸ ਤੋਂ ਇਲਾਵਾ ਨਾਲ ਦੀ ਨਾਲ ਉਹਨਾਂ ਦੇ ਕੋਲ ਕੀ ਸਟੂਡੈਂਟ ਸਰਵਿਸਿਜ਼ ਬੱਚੇ ਨੂੰ ਪ੍ਰੋਵਾਈਡ ਕਰ ਰਹੇ ਹੈ, ਉੱਥੇ ਪਾਰਟ ਟਾਈਮ ਵਰਕ ਓਪਰਚੁਨਿਟੀਜ਼ ਦੀ ਕੀ ਆਪਸ਼ਨਸ ਰਹਿਣਗੀਆਂ। ਅਤੇ ਇਹ ਸਾਰੀ ਇਨਫੋਰਮੇਸ਼ਨ ਅਸੀਂ, ਕੋਸ਼ਿਸ਼ ਇਹੀ ਹੁੰਦੀ ਹੈ ਕਿ ਬੱਚਾ ਯੂਨੀਵਰਸਿਟੀ ਰਿਪ੍ਰੈਜੈਂਟੇਟਿਵ ਜਾਂ ਕਾਲਜ ਰਿਪ੍ਰੈਜੈਂਟੇਟਿਵਸ ਨਾਲ ਫੇਸ ਟੂ ਫੇਸ ਬੈਠ ਕੇ ਗੱਲ ਕਰ ਸਕੇ, ਤਾਂ ਕਿ ਮਾਂ ਪਿਓ ਦੀ ਵੀ ਤਸੱਲੀ ਹੋਵੇ ਕਿ ਜਿਹੜਾ ਸਾਡਾ ਬੱਚਾ ਹੈ ਉਹ ਸੇਫ ਹੈਂਡਸ ਜਾ ਰਿਹਾ। ਅੱਛਾ, ਇਹਨਾਂ ਸੈਮੀਨਾਰਸ ਦੇ ਵਿੱਚ ਸਿਰਫ ਯੂਕੇ ਬਾਰੇ ਹੀ ਜਾਣਕਾਰੀ ਮਿਲੂਗੀ? ਨਹੀਂ ਭਾਜੀ, ਕੈਨੇਡਾ ਅਤੇ ਯੂਕੇ ਦੇ ਰਿਪ੍ਰੈਜੈਂਟੇਟਿਵਸ ਆ ਰਹੇ ਹੈ, ਕੈਨੇਡਾ ਦੇ ਬਹੁਤ ਫੇਮਸ ਇੰਸਟੀਚਿਊਟਸ ਆ ਰਹੇ ਹੈ, ਜਿਵੇਂ ਆਪਾਂ ਗੱਲ ਕਰੀਏ ਕੈਨੇਡੀਅਨ ਬਿਜ਼ਨਸ ਕਾਲਜ, ਜਿਨ੍ਹਾਂ ਦੇ ਕੈਂਪਸ ਸਕਾਰਸਬੋਰੋ, ਮਿਸਿਸਾਗਾ, ਟੋਰਾਂਟੋ, ਬਰੈਂਪਟਨ 'ਚ ਹੈ, ਮੈਡੀਕਲ ਰਿਲੇਟਡ ਪ੍ਰੋਗਰਾਮਸ ਹੈ ਇਹਨਾਂ ਕੋਲ, ਹੈਲਥ ਰਿਲੇਟਡ ਪ੍ਰੋਗਰਾਮਸ ਹੈ, ਉਸ ਤੋਂ ਇਲਾਵਾ IT ਰਿਲੇਟਡ ਪ੍ਰੋਗਰਾਮਸ ਹੈ, ਬਿਜ਼ਨਸ ਰਿਲੇਟਡ ਪ੍ਰੋਗਰਾਮਸ ਹੈ। ਬਹੁਤ ਅੱਛੀ ਲੋਕੇਸ਼ਨ ਹੈ, ਵਨ ਆਫ ਦਾ ਬੈਸਟ ਕਾਲਜਿਸ ਹੈ ਟੋਰਾਂਟੋ ਸਿਟੀ ਏਰੀਆ ਦਾ। ਉਸ ਤੋਂ ਇਲਾਵਾ ਨੋਰਮਲੀ ਬੱਚਾ ਵੈਂਕੂਵਰ ਵਾਲਾ ਆਪਸ਼ਨ ਦੇਖਦਾ, ਲੇਕਿਨ ਅੱਜ ਦੀ ਡੇਟ 'ਚ ਪਤਾ ਹੈ ਕਿ ਲਿਮਿਟਿਡ ਜੋ ਆਪਸ਼ਨਸ ਹੈ ਉੱਥੇ ਲੰਗਾਰਾ ਕਾਲਜ ਹੋ ਗਿਆ, ਡਗਲਸ ਹੋ ਗਿਆ ਜਾਂ ਕੈਪੀਲਾਨੋ। ਲੰਗਾਰਾ ਡਗਲਸ ਡਗਲਸ ਵੈਸੇ ਵੀ May 2020 ਦੀ ਸੀਟਸ ਆਲਮੋਸਟ ਫੁੱਲ ਹੋ ਚੁੱਕੀ ਹੈ, ਤਾਂ ਬੱਚੇ ਕੋਲ ਆਪਸ਼ਨਸ ਨਹੀਂ ਰਹਿੰਦੀਆਂ। ਅਤੇ ਇਸੇ ਕਰਕੇ ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ ਜਿਹੜੀ ਕਿ ਰਿਚਮੰਡ ਡਾਊਨ ਟਾਊਨ ਵੈਂਕੂਵਰ 'ਚ ਹੈ, ਉਹਨੂੰ ਸੱਦਾ ਦਿੱਤਾ ਗਿਆ ਤਾਂ ਕਿ ਬੱਚਿਆਂ ਨੂੰ ਬੈਚਲਰਸ ਅਤੇ ਮਾਸਟਰਸ ਡਿਗਰੀ ਕੋਰਸਿਸ ਰਿਗਾਰਡਿੰਗ ਇਨਫੋਰਮੇਸ਼ਨ ਦਿੱਤੀ ਜਾਵੇ। ਨਾਲ ਦੀ ਨਾਲ ਭਾਜੀ ਉਹਨਾਂ ਦੀ ਖਾਸੀਅਤ ਹੈ, ਉਹਨਾਂ ਦਾ ਜਿਹੜਾ MBA ਪ੍ਰੋਗਰਾਮ ਹੈ ਉਹ Top 10 MBA 'ਚ ਆਉਂਦਾ ਹੈ ਕੈਨੇਡਾ ਦੀ, ਅਤੇ ਉਹਨਾਂ ਦੀ ਰੋਲਿੰਗ ਮੰਥਲੀ ਇਨਟੇਕ ਹੈ, ਯਾਨੀ ਅਗਰ ਬੱਚਾ ਹੁਣ ਅਗਲੀ ਇਨਟੇਕ ਲਈ ਅਪਲਾਈ ਕਰਨਾ ਚਾਹੁੰਦਾ ਤਾਂ ਉਹਨੂੰ ਵੇਟ ਨਹੀਂ ਕਰਨਾ ਪਏਗਾ ਕਿ ਮੈਂ ਜਨਵਰੀ ਇਨਟੇਕ ਅਪਲਾਈ ਕਰਾਂ, ਜੈਨ ਮਿਸ ਹੋ ਗਈ ਤਾਂ ਮੇਲ ਹੀ ਕਰਾਂ। ਉਹਨਾਂ ਦੀ ਇਨਟੇਕ ਜਿਹੜੀ ਹੈ ਸਪਟੈਂਬਰ ਦੀ ਵੀ ਹੈ, ਅਕਤੂਬਰ ਦੀ ਵੀ ਹੈ, ਨਵੰਬਰ ਦੀ ਵੀ ਹੈ, ਦਸੰਬਰ ਦੀ ਵੀ ਹੈ, ਜਨਵਰੀ ਦੀ ਵੀ ਹੈ। ਤੀਜੀ ਜਿਹੜਾ ਯੂਨੀਵਰਸਿਟੀ ਆ ਰਹੀ ਹੈ ਬਹੁਤ ਪ੍ਰਾਈਮ ਯੂਨੀਵਰਸਿਟੀ ਹੈ, ਕਿਉਂਕਿ ਜਿਵੇਂ ਵੈਂਕੂਵਰ ਦਾ ਹਿਸਾਬ ਹੈ ਉਹ ਤਾਂ ਐਡਮਿੰਟਨ ਦਾ ਵੀ ਹੈ। ਬੱਚੇ ਨੇਟ ਜਾਂ ਸੇਡ 'ਚ ਅਪਲਾਈ ਕਰਨਾ ਚਾਹੁੰਦੇ ਅਲਬਰਟਾ 'ਚ, ਲੇਕਿਨ ਆਫਰ ਟਾਈਮ ਸਿਰ ਨਹੀਂ ਆਉਂਦੀਆਂ, ਬੜੀ ਲਿਮਿਟਿਡ ਜੀ ਆਪਸ਼ਨਸ ਹੈ। ਅਤੇ ਉੱਥੇ ਲਈ ਜਿਹੜਾ ਹੈ ਕਿੰਗਸ ਯੂਨੀਵਰਸਿਟੀ ਐਡਮਿੰਟਨ ਆ ਰਹੀ ਹੈ, ਇਹਨਾਂ ਕੋਲ ਬੈਚਲਰਸ ਡਿਗਰੀ ਪ੍ਰੋਗਰਾਮਸ ਹੈ। ਇੱਕ ਬੜਾ ਮੇਜਰ ਇਹਨਾਂ ਦਾ ਪੁਆਇੰਟ ਇਹ ਹੈ ਕਿ ਇਹਨਾਂ ਦੀ ਜਿਹੜੀ ਬੈਚਲਰਸ ਡਿਗਰੀ ਪ੍ਰੋਗਰਾਮਸ ਹੈ ਉਹ 3 ਸਾਲ ਦੇ, ਯਾਨੀ ਕਿ ਅਗਰ ਤੁਸੀਂ ਬੈਚਲਰਸ ਆਫ ਕਮਰਸ ਪੜ੍ਹਨਾ ਚਾਹੁੰਦੇ ਹੋ ਜਾਂ ਬੈਚਲਰਸ ਆਫ ਕੰਪਿਊਟਰ ਸਾਇੰਸ ਪੜ੍ਹਨਾ ਚਾਹੁੰਦੇ ਹੋ, 3 ਸਾਲ ਦੇ ਡਿਗਰੀ ਪ੍ਰੋਗਰਾਮ ਹੈ। IELTS ਰਿਕੁਆਇਰਮੈਂਟ ਵੀ 6.5 ਓਵਰਆਲ, 5.5 ਈਚ ਹੈ ਕੰਪੇਅਰ ਟੂ ਜਨਰਲੀ ਆਪਾਂ ਬੱਚੇ ਨੂੰ ਇੰਗਲਿਸ਼ ਪੜ੍ਹਨੀ ਪਊਗੀ ਨਾਲ? ਨਹੀਂ ਪੜ੍ਹਨੀ ਪਏਗੀ, ਉਹਨਾਂ ਦੀ ਰਿਕੁਆਇਰਮੈਂਟ ਹੀ ਹੈ। ਉਸ ਤੋਂ ਇਲਾਵਾ ਆਫਰ ਲੈਟਰ ਜਿਹੜੀ ਹੈ 5 ਤੋਂ 7 ਦਿਨਾਂ 'ਚ ਤੁਹਾਡੀ ਆਫਰ ਲੈਟਰ ਵੀ ਆ ਰਹੀ ਹੈ, ਤਾਂ ਤੁਸੀਂ ਨਾਲ ਦੀ ਨਾਲ ਅਪਲਾਈ ਕਰ ਸਕਦੇ। ਫੀਸ ਕਿੰਨੀ ਮੰਨ ਕੇ ਚੱਲੀ, 6 ਮਹੀਨੇ ਦੀ ਫੀਸ ਕਿੰਨੀ ਹੋ ਸਕਦੀ ਹੈ? ਕਿੰਗਸ ਯੂਨੀਵਰਸਿਟੀ ਦੀ ਜਿਹੜੀ ਫੀਸ ਹੈ 6 ਮਹੀਨੇ ਦੀ $7,000 ਹੈ ਸਿਰਫ, ਯਾਨੀ 3.5 ਲੱਖ ਰੁਪਏ ਬਣਦੀ, 3.5 ਲੱਖ ਰੁਪਏ, ਜਿਹੜੇ ਕਿ ਇਕੁਅਲੈਂਟ ਹੈ ਇੱਕ ਨੋਰਮਲ ਕਾਲਜ ਦੇ ਡਿਪਲੋਮਾ ਪ੍ਰੋਗਰਾਮ ਦੇ। ਤੁਸੀਂ ਨੋਰਮਲੀ ਬੱਚੇ ਹੁੰਦਾ ਕਿ ਯਾਰ ਮੈਂ 4 ਸਾਲ ਦੀ ਬੈਚਲਰਸ ਡਿਗਰੀ ਪੜ੍ਹਨ ਜਾ ਰਿਹਾ, ਬਹੁਤ ਜ਼ਿਆਦਾ ਸਮਾਂ। ਇੱਕ ਚੀਜ਼ ਦੱਸੋ, ਕਿੰਗਸ ਯੂਨੀਵਰਸਿਟੀ ਵਿੱਚ ਅਗਰ ਬੱਚਾ ਪੜ੍ਹਦਾ ਜਾ ਕੇ ਤਾਂ ਇਹਨੂੰ ਬੱਚੇ ਨੂੰ ਪੋਸਟ ਸਟੱਡੀ ਵਰਕ ਰਾਈਟਸ ਮਿਲਣਗੇ? ਬਿਲਕੁਲ ਮਿਲਣਗੇ ਜੀ। ਜੀ, ਸੋ ਪੋਸਟ ਸਟੱਡੀ ਵਰਕ ਰਾਈਟਸ ਮਿਲਣਗੇ ਕਿੰਗਸ ਯੂਨੀਵਰਸਿਟੀ, ਤੁਸੀਂ
ਇੱਕ ਮੋਡਿਊਲ 'ਚੋਂ ਸਾਡੇ ਪੰਜ ਬੈਂਡ, ਚਲੋ ਸਰ ਇਹੋ ਜਿਹੇ ਬੱਚੇ ਜਿਹਨਾਂ ਦੇ ਓਵਰਆਲ 6 ਬੈਂਡ, ਇੱਕ ਮੋਡਿਊਲ 'ਚੋਂ ਸਾਢੇ ਪੰਜ ਬੈਂਡ ਹੈ, ਬੱਚੇ ਕਿਤੇ ਨਾ ਕਿਤੇ ਕੇਸਿਸ ਅਪਲਾਈ ਕਰਨੇ ਬੰਦ ਕਰ ਗਏ ਸੀ, ਕਿਉਂਕਿ ਚਰਚਾ ਇਹ ਸੀ ਕਿ ਸਿਰਫ STS ਵਿੱਚ ਹੀ ਵੀਜ਼ਾ ਆਉਣਗੇ, 6 ਓਵਰਆਲ 1 'ਚੋਂ ਸਾਢੇ ਪੰਜ ਤੇ ਵੀਜ਼ਾ ਨਹੀਂ ਆਉਣਗੇ। ਸੋ ਹੁਣ ਕੀ ਮੰਨਦੇ ਹੋ ਕਿ ਇਹੋ ਜਿਹੇ ਬੱਚੇ ਨੂੰ ਅਪਲਾਈ ਕਰਨਾ ਚਾਹੀਦਾ ਜਾਂ ਕਰਨਾ ਚਾਹੀਦਾ ਹੈ, ਅਤੇ ਕੈਨੇਡਾ ਵਿੱਚ ਕਿਹੜੇ ਕਿਹੜੇ ਸਰਕਾਰੀ ਕਾਲਜ ਅਵੇਲੇਬਲ ਨੇ, ਕਿਉਂਕਿ ਪ੍ਰਾਈਵੇਟ ਕਾਲਜ ਵਿੱਚ ਬੱਚਾ ਅਪਲਾਈ ਨਹੀਂ ਕਰਨਾ ਚਾਹੁੰਦਾ। ਭਾਜੀ ਕੈਨੇਡੀਅਨ ਗਵਰਨਮੈਂਟ NIPP ਪਲਾਨ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਨ੍ਹਾਂ 'ਚ ਟੋਰੋਂਟੋ ਦੇ ਕੁਛ ਰੀਜਨਲ ਏਰੀਆਜ਼ ਨੂੰ ਐਡ ਆਨ ਕੀਤਾ ਗਿਆ, ਮੈਨੀਟੋਬਾ ਦੇ ਕੁਛ ਰੀਜਨਲ ਏਰੀਆਜ਼ ਨੂੰ ਐਡ ਆਨ ਕੀਤਾ ਗਿਆ, ਸਸ਼ਕੈਤਵਾਨ ਦੇ ਕੁਛ ਰੀਜਨਲ ਏਰੀਆਜ਼ ਨੂੰ ਐਡ ਆਨ ਕੀਤਾ ਗਿਆ, ਅਤੇ ਉੱਥੇ ਉਹਨਾਂ ਦੇ ਕਾਲਜਸ ਨੂੰ ਥੋੜ੍ਹੀ ਜਿਹੀ ਲੈਵਰੇਜ ਦਿੱਤੀ ਗਈ ਹੈ ਤਾਂ ਕਿ ਬੱਚਾ ਜਿਹੜਾ ਹੈ ਟੋਰੋਂਟੋ ਤੋਂ ਬਾਹਰ ਜਾ ਕੇ ਵੀ ਪੜ੍ਹ ਸਕੇ, ਉਹਨੂੰ ਮਹਿਸੂਸ ਹੋਏ ਕਿ ਟੋਰੋਂਟੋ ਤੋਂ ਬਾਅਦ ਵੀ ਵਧੀਆ ਸ਼ਹਿਰ ਹੈ ਜਿੱਥੇ ਵਧੀਆ ਇੰਸਟੀਚਿਊਟਸ ਹੈ, ਫੋਕਸ ਬੱਚਾ ਉੱਥੇ ਜਾ ਕੇ ਕਰ ਸਕੇ। ਤੁਸੀਂ ਸੂ ਕਾਲਜ ਜਿਹੜਾ ਸੇਂਟ ਮੇਰੀ ਉੱਥੇ ਅਪਲਾਈ ਕਰ ਸਕਦੇ ਹੋ, ਨੋਰਦਰਨ ਕਾਲਜ ਅਪਲਾਈ ਕਰ ਸਕਦੇ ਹੋ ਟਿਮਿਨਸ ਦੇ ਵਿੱਚ, ਕੈਂਬਰੀਅਨ ਕਾਲਜ ਸਡਬਰੀ ਹੈ ਉਹਦੇ 'ਚ ਅਪਲਾਈ ਕਰ ਸਕਦੇ ਹੋ, ਹੋਰ ਬਹੁਤ ਸਾਰੇ ਇੱਦਾਂ ਦੇ ਕਾਲਜਸ ਹੈ ਜਿੱਥੇ ਤੁਸੀਂ 6 ਓਵਰਆਲ 1 'ਚ ਸਾਢੇ ਪੰਜ ਬੈਂਡ 'ਤੇ ਆਰਾਮ ਨਾਲ ਅਪਲਾਈ ਕਰ ਸਕਦੇ ਹੋ, ਅਤੇ ਆਰਾਮ ਨਾਲ ਵੀਜ਼ਾ ਵੀ ਗ੍ਰਾਂਟ ਹੋ ਰਹੇ ਹੈ। ਤੁਸੀਂ ਰੈਗੂਲਰ ਅਪਡੇਟਸ ਦੇਖ ਸਕਦੇ ਹੋ, ਮੇਰਾ ਪੇਜ ਹੈ ਬਿਰੀ ਚਾਵਲਾ ਫੇਸਬੁੱਕ 'ਤੇ, ਜਿੱਥੇ ਮੈਂ ਰੈਗੂਲਰ ਪੋਸਟ ਕਰਦਾ ਕਿ ਬੱਚਿਆਂ ਦੇ 5.5 ਬੈਂਡ 1 ਜਾਂ 2 ਮੋਡਿਊਲ 'ਚ ਵੀ ਵੀਜ਼ਾ ਆ ਰਹੇ ਹੈ। ਜੀ ਸੋ ਚਾਵਲਾ, ਇੱਕ ਵਾਰ ਸੈਮੀਨਾਰ ਦੀ ਗੱਲ ਕਰ ਲਈ, ਸੈਮੀਨਾਰ ਕਿੱਥੇ ਕਿੱਥੇ ਹੋ ਰਹੇ ਨੇ ਔਰ ਕਿਹੜੀ ਕਿਹੜੀ ਤਰੀਕ ਨੂੰ ਹੋ ਰਹੇ ਨੇ? ਦੇਖੋ ਭਾਅ ਜੀ, 19 ਅਗਸਤ ਨੂੰ ਜਿਹੜਾ ਹੈ ਪਹਿਲਾ ਈਵੈਂਟ ਹੋ ਰਿਹਾ, UK ਅਤੇ ਕੈਨੇਡਾ ਜਿਹੜਾ ਐਪਲੀਕੇਸ਼ਨਸ ਡੇ ਹੈ, ਜਿਹੜਾ ਕਿ ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ ਅਤੇ ਮਾਡਲ ਟਾਊਨ ਬ੍ਰਾਂਚ ਹੋਣ ਜਾ ਰਿਹਾ ਹੈ, ਅਤੇ 11 ਤੋਂ 1 ਜਿਹੜਾ ਹੈ ਫਿਰੋਜ਼ ਗਾਂਧੀ ਮਾਰਕੀਟ ਬ੍ਰਾਂਚ ਹੈ, ਅਤੇ 2 ਤੋਂ ਲੈ ਕੇ 5 ਵਜੇ ਤੱਕ ਜਿਹੜਾ ਹੈ ਸਾਡਾ ਮਾਡਲ ਟਾਊਨ ਐਕਸਟੈਂਸ਼ਨ ਬ੍ਰਾਂਚ ਵਿੱਚ ਹੋ ਰਿਹਾ। 20 ਤਰੀਕ ਜਿਹੜਾ OECC ਮੋਗਾ ਹੋ ਰਿਹਾ, 21 ਤਰੀਕ ਨੂੰ OECC ਨਵਾਂ ਸ਼ਹਿਰ ਹੋ ਰਿਹਾ, 22 ਤਰੀਕ ਨੂੰ OECC ਅੰਮ੍ਰਿਤਸਰ ਹੋ ਰਿਹਾ, 23 ਤਰੀਕ ਨੂੰ OECC ਬਟਾਲਾ ਹੋ ਰਿਹਾ, ਅਤੇ 24 ਤਰੀਕ ਨੂੰ ਜਿਹੜਾ ਲਾਸਟ ਈਵੈਂਟ ਆ OECC ਚੰਡੀਗੜ੍ਹ ਹੋ ਰਿਹਾ। ਸਵੇਰੇ ਨੋਰਮਲ ਜਿਹੜੇ ਟਾਈਮਸ ਆ 11 ਵਜੇ ਤੋਂ ਲੈ ਕੇ ਸ਼ਾਮ 4-4:30 ਵਜੇ ਤੱਕ ਸਾਰੇ ਰੀਪ੍ਰਜੈਂਟੇਟਿਵ ਹੋਣਗੇ। ਤੁਸੀਂ ਆਪਣੇ ਓਰੀਜਨਲ ਡਾਕੂਮੈਂਟਸ ਲੈ ਕੇ ਆਓ, ਆਪਣੇ ਪੇਰੈਂਟਸ ਨੂੰ ਲੈ ਕੇ ਆਓ ਜਾਂ ਆਪਣੇ ਰਿਲੇਟਿਵਸ ਜਾਂ ਫਰੈਂਡਸ ਨੂੰ ਲੈ ਕੇ ਆਓ, ਤਾਂ ਕਿ ਉੱਥੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲ ਸਕੇ। ਜੇ ਪ੍ਰੋਪਰ ਇਨਫੋਰਮੇਸ਼ਨ ਦੀ ਗੱਲ ਕਰਦਾ ਤਾਂ ਗੱਲ ਹੋ ਰਹੀ ਹੈ ਕਿ ਤੁਸੀਂ ਡਾਇਰੈਕਟਲੀ ਯੂਨੀਵਰਸਿਟੀ ਨਾਲ ਗੱਲ ਕਰ ਰਹੇ ਹੋ, ਤੁਸੀਂ ਕਿਸੇ ਥਰਡ ਪਾਰਟੀ ਜਾਂ ਕਿਸੇ ਏਜੰਟ ਦੀ ਗੱਲ 'ਤੇ ਡਿਪੈਂਡੈਂਟ ਨਹੀਂ ਰਹੋਗੇ, ਤੁਹਾਨੂੰ ਯੂਨੀਵਰਸਿਟੀ ਦੇ ਬੰਦੇ ਆਪ ਗਾਈਡ ਕਰਨਗੇ, ਤੁਹਾਨੂੰ ਇਨਫੋਰਮੇਸ਼ਨ ਦੇਣਗੇ ਕਿ ਕੀ ਆਫਰ ਕਰ ਰਹੇ ਹੋ, ਕਿੱਦਾਂ ਦੀ ਤੁਸੀਂ ਲਾਈਫ ਐਕਸਪੈਕਟ ਕਰ ਸਕਦੇ ਹੋ, ਅਤੇ ਉਸਦਾ ਤੁਹਾਡੀ ਐਜੂਕੇਸ਼ਨ ਦਾ ਕੀ ਆਊਟਕਮ ਹੋਣ ਵਾਲਾ ਹੈ। ਇਹ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਅੱਜ ਦੀ ਜਿਹੜਾ ਜ਼ਮਾਨਾ ਚੱਲ ਰਿਹਾ ਉਹ ਮਿਸ ਇਨਫੋਰਮੇਸ਼ਨ ਦਾ ਜ਼ਮਾਨਾ ਚੱਲ ਰਿਹਾ, ਬੱਚਾ ਆਪ ਕਨਫਿਊਜ਼ਡ ਹੈ, ਉਹਨਾਂ ਦੀ ਫੈਮਿਲੀਜ਼ ਆਪ ਕਨਫਿਊਜ਼ਡ ਹੈ, ਕਿਉਂਕਿ ਜਿੱਥੇ ਜਾਂਦੇ ਹੈ ਉੱਥੇ ਅਲੱਗ ਗੱਲ ਸੁਣਨ ਨੂੰ ਮਿਲਦੀ ਹੈ, ਅਤੇ ਬੱਚੇ ਨੂੰ ਫੈਮਿਲੀਜ਼ ਨੂੰ ਆਪ ਹੀ ਨਹੀਂ ਪਤਾ ਚੱਲ ਰਿਹਾ ਕਿ ਹੁਣ ਕਿਹਦੇ 'ਤੇ ਭਰੋਸਾ ਕਰੀਏ ਨਾ ਕਰੀਏ, ਤਾਂ ਇਹ ਬਹੁਤ ਅੱਛੀ ਓਪਰਚੁਨਿਟੀ ਹੈ, ਕਿਉਂਕਿ ਤੁਸੀਂ ਡਾਇਰੈਕਟਲੀ ਇੰਸਟੀਚਿਊਟ ਰੀਪ੍ਰਜੈਂਟੇਟਿਵ ਨਾਲ ਗੱਲਬਾਤ ਕਰੋਗੇ, ਅਤੇ ਉਹੀ ਤੁਹਾਨੂੰ ਗਾਈਡ ਕਰਨਗੇ ਆਪਣੇ ਕੋਰਸ ਅਤੇ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਰਿਗਾਰਡਿੰਗ। ਜੀ ਸੋ ਇੱਕ ਵਾਰ ਫਿਰ ਤੋਂ ਤਰੀਕਾ ਨੋਟ ਕਰ ਲਓ ਸੈਮੀਨਾਰਸ ਦੀਆਂ, ਸੈਮੀਨਾਰਸ 19 ਤਰੀਕ ਤੋਂ ਸ਼ੁਰੂ ਹੋਣ ਜਾ ਰਹੇ ਨੇ। 19 ਅਗਸਤ ਨੂੰ ਸੈਮੀਨਾਰ ਹੋਵੇਗਾ ਜੀ ਲੁਧਿਆਣੇ ਦੇ ਵਿੱਚ, 19 ਅਗਸਤ ਨੂੰ ਤੁਸੀਂ ਲੁਧਿਆਣਾ OECC ਦੀ ਟੀਮ ਨੂੰ ਮਿਲ ਸਕਦੇ ਹੋ, ਇਸ ਤੋਂ ਇਲਾਵਾ UK ਔਰ ਕੈਨੇਡਾ ਦੇ ਕਾਲਜ ਯੂਨੀਵਰਸਿਟੀਜ਼ ਨੂੰ ਮਿਲ ਸਕਦੇ ਹੋ, 1 ਛੱਤ ਲਈ ਤੁਸੀਂ ਆ ਕੇ ਅਪਲਾਈ ਕਰ ਸਕਦੇ ਹੋ। 19 ਤਰੀਕ ਲੁਧਿਆਣਾ, 20 ਤਰੀਕ ਮੋਗਾ, 21 ਅਗਸਤ ਨੂੰ ਨਵਾਂਸ਼ਹਿਰ, 22 ਤਰੀਕ ਨੂੰ ਅੰਮ੍ਰਿਤਸਰ, 23 ਤਰੀਕ ਨੂੰ ਬਟਾਲਾ, ਅਤੇ 24 ਤਰੀਕ ਨੂੰ ਸੈਮੀਨਾਰ ਚੰਡੀਗੜ੍ਹ ਦੇ ਵਿੱਚ ਹੋਵੇਗਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ, ਜਿਹੜਾ TV ਸਕਰੀਨ 'ਤੇ ਅਸੀਂ ਵਾਰ ਵਾਰ ਨੰਬਰ ਚਲਾ ਰਹੇ ਹਾਂ, 7300770046, ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਕਿਹੜੇ ਕਿਹੜੇ ਦਸਤਾਵੇਜ਼, ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਆਉਣੇ ਆ, ਇਹਦੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਆਉਣ ਤੋਂ ਪਹਿਲਾਂ ਅਪੁਆਇੰਟਮੈਂਟ ਜ਼ਰੂਰ ਫਿਕਸ ਕਰ ਲਓ, ਤਾਂ ਕਿ ਸਮਾਂ ਤੁਹਾਨੂੰ ਨਾ ਲੱਗੇ, ਉੱਥੇ ਤੁਹਾਡੀ ਅਪੁਆਇੰਟਮੈਂਟ ਵਾਲੇ ਟਾਈਮ 'ਤੇ ਹੀ ਪਹੁੰਚੋ, ਤੁਹਾਨੂੰ ਜਲਦੀ ਫ੍ਰੀ ਕੀਤਾ ਜਾਵੇ। 1 ਛੱਤ UK ਅਤੇ ਕੈਨੇਡਾ ਦੀਆਂ ਯੂਨੀਵਰਸਿਟੀ ਕਾਲਜਾਂ ਦੇ ਨੁਮਾਇੰਦਿਆਂ ਨੂੰ ਮਿਲਣਾ ਚਾਹੁੰਦੇ ਹੋ, 19 ਅਗਸਤ ਨੂੰ ਲੁਧਿਆਣੇ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ OECC ਦੇ ਆਫਿਸ ਦੇ ਵਿੱਚ, 20 ਅਗਸਤ ਨੂੰ ਮੋਗਾ ਦੇ ਵਿੱਚ ਸੈਮੀਨਾਰ ਹੋਵੇਗਾ, 21 ਅਗਸਤ ਨੂੰ ਨਵਾਂਸ਼ਹਿਰ ਦੇ ਵਿੱਚ ਇਹ ਸੈਮੀਨਾਰ ਹੋਵੇਗਾ, 22 ਅਗਸਤ ਨੂੰ ਇਹ ਸੈਮੀਨਾਰ ਅੰਮ੍ਰਿਤਸਰ ਦੇ ਵਿੱਚ, 23 ਅਗਸਤ ਨੂੰ ਬਟਾਲਾ, ਅਤੇ 24 ਅਗਸਤ ਨੂੰ ਇਹ ਸੈਮੀਨਾਰ ਚੰਡੀਗੜ੍ਹ ਦੇ ਵਿੱਚ ਕਰਵਾਇਆ ਜਾਵੇਗਾ। ਸੋ ਐਕਸਪਰਟ ਟੀਮ ਔਰ ਨਾਲ ਦੀ ਨਾਲ ਕਾਲਜ ਯੂਨੀਵਰਸਿਟੀਆਂ ਮੌਜੂਦ ਹੋਣਗੀਆਂ। ਚਾਵਲਾ ਸਾਹਿਬ, ਜਾਂਦੇ ਵਾਰ ਕੋਈ ਸੁਨੇਹਾ, ਕੋਈ ਮੈਸੇਜ ਦੇਣਾ ਚਾਹੁੰਦਾ ਦਰਸ਼ਕਾਂ? ਇੱਕ ਛੋਟਾ ਜਿਹਾ ਸੁਨੇਹਾ ਮਨੀਸ਼ ਭਾਅ ਜੀ, ਕਿ ਇੱਕ ਬਹੁਤ ਵਧੀਆ ਓਪਰਚੁਨਿਟੀਜ਼ ਹੈ ਜਿਹੜੀ ਕਿ OECC ਜਿਹੜਾ ਐਪਲੀਕੇਸ਼ਨਸ ਡੇ ਕਰਾ ਰਿਹਾ ਕੈਨੇਡਾ ਅਤੇ UK ਨੂੰ ਲੈ ਕੇ। ਇਹ ਬਹੁਤ ਵਧੀਆ ਮੌਕਾ ਤੁਹਾਡੇ ਲਈ ਡਾਇਰੈਕਟ ਯੂਨੀਵਰਸਿਟੀਜ਼ ਅਤੇ ਇੰਸਟੀਟਿਊਟਸ ਨਾਲ ਗੱਲਬਾਤ ਕਰਨ ਦਾ, ਅਤੇ ਆਪਣਾ ਕਰੀਅਰ ਜਿਹੜਾ ਹੈ ਸਹੀ ਦਿਸ਼ਾ 'ਚ ਪਾਉਣ ਦਾ, ਅਤੇ ਸਹੀ ਸਟੈਪ ਲੈਣ ਦਾ। ਇਹ ਮੌਕਾ ਨਾ ਗਵਾਓ, ਵਧੀਆ ਦੀ ਜਾਣਕਾਰੀ ਲਈ ਤੁਸੀਂ ਜਿਹੜਾ ਸਾਡਾ ਨੰਬਰ ਆ ਉਹ 'ਤੇ ਸੰਪਰਕ ਕਰ ਸਕਦੇ ਹੋ। ਮੈਂ ਖੁਦ ਵੀ ਇਹਨਾਂ ਈਵੈਂਟ 'ਚ ਅਵੇਲੇਬਲ ਰਹਾਂਗਾ, ਤਾਂ ਕਿ ਜੇ ਤੁਸੀਂ ਮੇਰੇ ਨਾਲ 1-to-1 ਫੇਸ ਟੂ ਫੇਸ ਗੱਲਬਾਤ ਵੀ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ, ਤੁਸੀਂ ਮੇਰੇ ਨਾਲ ਅਪੁਆਇੰਟਮੈਂਟ ਬੁੱਕ ਕਰ ਸਕਦੇ। ਜੀ ਸਰ ਚਾਵਲਾ ਸਾਹਿਬ, ਇੱਕ ਛੋਟਾ ਸਵਾਲ ਆਖਰੀ ਪੁੱਛਣਾ ਚਾਹਾਂਗਾ, ਜਿਹੜੇ ਬੱਚੇ ਆਲਰੇਡੀ ਕੈਨੇਡਾ ਅਪਲਾਈ ਕਰ ਚੁੱਕੇ ਆ, 6 ਓਵਰਆਲ 1 ਚੋਂ ਸਾਢੇ 5 ਬੈਂਡ 'ਤੇ ਰਿਫਿਊਜ਼ ਹੋ ਚੁੱਕੇ ਆ,
ਕਿ ਉਹ ਮੁੜ ਕੇ ਅਪਲਾਈ ਕਰ ਸਕਦੇ? ਬਿਲਕੁਲ ਕਰ ਸਕਦੇ ਆ ਭਾਜੀ, ਕਿ ਇੱਦਾਂ ਦਾ ਕੋਈ ਲੈਜਿਸਲੇਸ਼ਨ ਜਾਂ ਕੈਨੇਡਾ ਜਿਹੜਾ ਕਿ ਤੁਸੀਂ ਨਹੀਂ ਰੀਅਪਲਾਈ ਕਰ ਸਕਦੇ, ਉਹਨਾਂ ਦੇ ਛੇਟਰ ਜੀ ਰਿਕੁਆਇਰਮੈਂਟ ਜੇ ਤੁਹਾਡੀ ਕੋਈ ਕਰੰਟ ਸਰਕਮਸਟਾਂਸਿਸ ਚੇਂਜਸ ਆਉਂਦੀਆਂ, ਕੋਈ ਤੁਹਾਡੀ ਪ੍ਰੋਫਾਈਲ 'ਚ ਬਹੁਤ ਵੱਡੀ ਚੇਂਜਸ ਹੈ, ਫਿਰ ਤੁਸੀਂ ਬਿਲਕੁਲ ਰੀਅਪਲਾਈ ਕਰ ਸਕਦੇ ਹੋ। ਸ਼ਾਇਦ ਕਈ ਵਾਰ ਤੁਹਾਨੂੰ ਕੋਈ ਕੋਰਸ ਗਲਤ ਮਿਲਿਆ ਹੋਵੇ, ਜਾਂ ਤੁਹਾਡੇ ਜੈਨਰਿਕ ਜਾਂ ਰਿਫਿਊਜ਼ਲ ਆ ਗਿਆ ਹੋਇਆ ਕਿ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈ, ਜਾਂ ਤੁਸੀਂ ਇਨਸਫੀਸ਼ੀਐਂਟ ਫੰਡਸ ਦਿਖਾਏ ਹੈ, ਜਾਂ ਤੁਹਾਡੀ ਪ੍ਰੋਪਰ ਫਾਈਲਿੰਗ ਨਹੀਂ ਹੋਈ, ਬਹੁਤ ਸਾਰੇ ਰੀਜ਼ਨ ਹੁੰਦੇ ਜਿਸ ਕਰਕੇ ਰਿਫਿਊਜ਼ਲ ਆ ਜਾਂਦਾ, ਤਾਂ ਬਿਲਕੁਲ ਤੁਸੀਂ ਰੀਅਪਲਾਈ ਕਰ ਸਕਦੇ ਹੋ। ਨੋਰਮਲ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਨੋਰਮਲ ਇਸ ਵਕਤ ਜਿਹੜੀ ਆਫਰ ਲੈਟਰਸ ਹੈ 7 to 10 ਦਿਨ 'ਚ OECC ਪ੍ਰੋਵਾਈਡ ਕਰ ਰਿਹਾ, ਤੁਸੀਂ ਜੈਨੇਟਿਕਲੀ ਬਿਲਕੁਲ ਅਪਲਾਈ ਕਰ ਸਕਦੇ ਹੋ। ਕਿਊਬੈਕ ਦੇ ਅੱਜ ਹਜੇ ਵੀ ਕਈ ਕਾਲਜਿਸ ਹੈ ਜਿੱਥੇ ਤੁਸੀਂ ਇੱਕ ਅਗਰ ਮੋਡਿਊਲ 'ਚ ਤੁਹਾਡੇ 5.5 ਬੈਂਡ ਹੈ ਤਾਂ ਤੁਸੀਂ ਨਵੰਬਰ ਇੰਟੇਕ ਲਈ ਵੀ ਅਪਲਾਈ ਕਰ ਸਕਦੇ ਹੋ। ਜੀ, ਸੋ ਸਮਾਂ ਘੱਟ ਹੈ, ਫਿਰ ਮਿਲਾਂਗੇ ਬਹੁਤ ਜਲਦ ਕੁਝ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸੈਮੀਨਾਰਸ ਦੇ ਤਰੀਕੇ ਕੋਈ ਫਿਰ ਤੋਂ ਦੱਸ ਦਿੰਦੇ ਜਾਂਦੀ ਵਾਰ ਦਰਸ਼ਕਾਂ ਨੂੰ, ਜਿਹੜੇ ਦਰਸ਼ਕ ਸੈਮੀਨਾਰ ਦੇ ਵਿੱਚ ਆਉਣਾ ਚਾਹੁੰਦੇ ਨੇ, UK ਅਤੇ ਕੈਨੇਡਾ ਦੇ ਕਾਲਜ ਯੂਨੀਵਰਸਿਟੀਜ਼ ਨੂੰ ਮਿਲਣਾ ਚਾਹੁੰਦੇ ਨੇ, 19 ਤਰੀਕ ਨੂੰ ਲੁਧਿਆਣਾ, 20 ਤਰੀਕ ਨੂੰ ਮੋਗਾ, 21 ਤਰੀਕ ਨੂੰ ਨਵਾਂਸ਼ਹਿਰ, 22 ਤਰੀਕ ਨੂੰ ਅੰਮ੍ਰਿਤਸਰ, 23 ਤਰੀਕ ਨੂੰ ਬਠਿੰਡਾ ਅਤੇ 24 ਤਰੀਕ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਮਿਲ ਸਕਦੇ ਨੇ। ਮੌਕੇ 'ਤੇ UK ਕੈਨੇਡਾ ਦੀ ਯੂਨੀਵਰਸਿਟੀ ਕਾਲਜਿਸ ਨੂੰ ਮਿਲ ਕੇ ਅਪਲਾਈ ਕਰ ਸਕਦੇ ਨੇ, ਜਾਣਕਾਰੀ ਲੈ ਸਕਦੇ ਨੇ। ਆਲਰੇਡੀ ਰਿਫਿਊਜ਼ ਹੋ ਤਾਂ ਵੀ ਦੁਬਾਰਾ ਅਪਲਾਈ ਕਰ ਸਕਦੇ ਹੋ, ਯੂਨੀਵਰਸਿਟੀ ਕੋਲੋਂ ਪੁੱਛ ਸਕਦੇ ਹੋ ਕਿ ਰਿਫਿਊਜ਼ਲ ਦੇ ਕਾਰਨ ਕੀ ਹੋ ਸਕਦੇ ਨੇ, ਜੇ ਉਹਨਾਂ ਦੀ ਯੂਨੀਵਰਸਿਟੀ 'ਚ ਦੁਬਾਰਾ ਐਡਮਿਸ਼ਨ ਲਈਏ ਅਤੇ ਵੀਜ਼ਾ ਦੇ ਚਾਂਸਿਸ ਕਿੰਨੇ ਕੁ ਹੋਣਗੇ। 7300770046 ਨੰਬਰ 'ਤੇ ਕਾਲ ਕਰ ਸਕਦੇ ਹੋ। ਹੁਣ ਇਜਾਜ਼ਤ ਚਾਹੁੰਦੇ ਹਾਂ, ਫਿਰ ਮਿਲਾਂਗੇ ਕੁਝ ਨਵੀਂ ਜਾਣਕਾਰੀ ਦੇ ਨਾਲ। ਚਾਵਲਾ ਸਾਹਿਬ ਦੇ ਬਟਾਲਾ ਆਫਿਸ ਵਿੱਚ ਆਏ ਸੀ, ਬਹੁਤ ਚੰਗਾ ਲੱਗਾ ਇੱਥੇ ਲੋਕਾਂ ਨਾਲ ਮਿਲ ਕੇ, ਇਹਨਾਂ ਦੀ ਐਕਸਪਰਟ ਟੀਮ ਨੂੰ ਮਿਲ ਕੇ, ਔਰ ਚਾਵਲਾ ਸਾਹਿਬ ਨਾਲ ਗੱਲਬਾਤ ਕੀਤੀ। ਚਾਵਲਾ ਸਾਹਿਬ ਨੇ ਸਾਡੇ ਲਈ ਖਾਸ ਸਮਾਂ ਕੱਢਿਆ, ਤੁਹਾਨੂੰ ਜਾਣਕਾਰੀ ਦਿੱਤੀ, ਚਾਵਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲ ਕਰਨੀ। ਮਿਹਰਬਾਨੀ ਮਨੀਸ਼ ਭਾਅ ਜੀ ਅਤੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਪਿਆਰ ਵੀਰੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਬੀਰੀ ਚਾਵਲਾ। ਅੱਜ ਮੇਰੇ ਨਾਲ ਇੱਕ ਸਟੂਡੈਂਟ ਹੈ, ਗੁਰਪ੍ਰੀਤ ਸਿੰਘ ਸਮਰਾ। ਆਪਾਂ ਗੱਲ ਉਹਨਾਂ ਦਾ ਕੈਨੇਡਾ ਦਾ ਹੁਣੇ ਵੀਜ਼ਾ ਆਇਆ ਵੈਂਕੂਵਰ ਲਈ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਤੋਂ, ਅਤੇ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਨਾਲ ਕਿ ਕਿੱਦਾਂ ਐਕਸਪੀਰੀਅੰਸ ਰਿਹਾ OECC ਨਾਲ ਅਤੇ ਕਿੱਦਾਂ ਦੀ ਉਹਨਾਂ ਦੀ ਪ੍ਰੋਫਾਈਲ ਸੀ ਜਿਸ ਕਰਕੇ ਉਹਨਾਂ ਦਾ ਵੀਜ਼ਾ ਆ ਗਿਆ। ਗੁਰਪ੍ਰੀਤ ਬਹੁਤ ਬਹੁਤ ਮੁਬਾਰਕਾਂ ਪਹਿਲਾਂ। ਥੈਂਕ ਯੂ ਸਰ। ਠੀਕ ਹੈ, ਇਹ ਤੁਹਾਡੇ ਹੱਥ 'ਚ ਕੈਨੇਡਾ ਦਾ ਵੀਜ਼ਾ ਹੈ OECC ਦੇ ਥਰੂ। ਹਾਂਜੀ, ਅਤੇ ਆਪਾਂ ਸ਼ੇਅਰ ਕਰਨਾ ਚਾਹਾਂਗੇ ਕਿ ਲੋਕਾਂ ਨਾਲ ਕਿ ਆਪਣੇ ਕੀ ਪ੍ਰੋਫਾਈਲ ਸੀ ਅਤੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ OECC ਨੂੰ ਲੈ ਕੇ। ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਨਾ ਚਾਹੁੰਦਾ ਹਾਂ ਸਰ, ਮਿਸਟਰ ਬੀਰੀ ਚਾਵਲਾ ਸਰ ਦਾ, ਐਂਡ ਅਗੇਨ ਆਈ ਥੈਂਕਸ ਟੂ OECC। ਇਹਨਾਂ ਨੇ ਮੈਨੂੰ ਬਹੁਤ ਵਧੀਆ ਸਰਵਿਸਿਜ਼ ਪ੍ਰੋਵਾਈਡ ਕੀਤੀਆਂ, ਐਂਡ ਮੇਰਾ ਜਿਹੜਾ ਕੇਸ ਸੀਗਾ ਬਹੁਤ ਜ਼ਿਆਦਾ ਡਿਫੀਕਲਟ ਕੇਸ ਸੀ, ਇਹਨੂੰ ਆਪਾਂ ਟਿਪੀਕਲ ਕਹਿ ਸਕਦੇ ਹਾਂ ਨਾਲ, ਅਤੇ ਕਿਸੇ ਵੀ ਹੋਰ ਕੰਸਲਟੈਂਟ ਨੇ ਮੇਰੇ ਵਿੱਚ ਜ਼ਿਆਦਾ ਇੰਟਰਸਟ ਨਹੀਂ ਦਿਖਾਇਆ। ਬਟ ਜਦੋਂ ਮੈਂ ਮਿਸਟਰ ਬੀਰੀ ਚਾਵਲਾ ਸਰ ਨੂੰ ਮਿਲਿਆ, ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਕੌਨਫੀਡੈਂਸ ਦਿੱਤਾ, ਅਤੇ ਬਿਕੋਜ਼ ਆਈ ਗੋਟ 6.5 ਇਨ ਆਈਲੈਟਸ, ਬਟ ਇਨ ਵਨ ਮੋਡਿਊਲ ਆਈ ਗੋਟ 5.5, ਇਸ ਕਰਕੇ ਇਹ ਮੇਰਾ ਕੰਮ ਥੋੜ੍ਹਾ ਜਿਹਾ ਹੋਰ ਔਖਾ ਹੋ ਗਿਆ ਸੀ। ਐਕਚੁਅਲ 2012 ਦੇ ਵਿੱਚ ਮੇਰਾ 2 ਵਾਰ ਕੈਨੇਡਾ ਦਾ ਰਿਫਿਊਜ਼ ਸੀ, ਅਤੇ ਉਹ ਉਸ ਤੋਂ ਬਾਅਦ ਮੈਂ ਸਟੱਡੀ ਦੇ ਲਈ ਆਸਟ੍ਰੇਲੀਆ ਚਲਿਆ ਗਿਆ, ਪਰ ਥੋੜ੍ਹੇ ਫੈਮਿਲੀ ਪ੍ਰੋਬਲਮਸ ਕਰਕੇ ਮੈਨੂੰ 2013 ਦੇ ਵਿੱਚ ਹੀ ਵਾਪਸ ਆਉਣਾ ਪਿਆ, ਇਸ ਕਰਕੇ ਜਿਹੜਾ ਮੇਰਾ ਕੇਸ ਸੀ ਉਹ ਥੋੜ੍ਹਾ ਹੋਰ ਉਲਝ ਗਿਆ ਸੀਗਾ। ਬਟ ਮੈਂ ਅਗੇਨ ਥੈਂਕਸ ਕਰਨਾ ਚਾਹੁੰਦਾ ਹਾਂ ਸਰ ਬੀਰੀ ਚਾਵਲਾ ਜੀ ਦਾ, ਅਤੇ ਇਹਨਾਂ ਦੇ ਆਫਿਸ ਸਟਾਫ ਦਾ, ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਟਾਈਮ ਟਾਈਮ 'ਤੇ ਵਧੀਆ ਗਾਈਡ ਕੀਤਾ, ਸਟੈਪ ਬਾਈ ਸਟੈਪ ਮੇਰੀ ਜਿਹੜੀ ਫਾਈਲ ਆ ਉਸਨੂੰ ਇੰਨੇ ਵਧੀਆ ਤਰੀਕੇ ਨਾਲ ਪੇਸ਼ ਕੀਤਾ, ਅਤੇ ਅੱਜ ਮੇਰਾ ਜਿਹੜਾ ਵੀਜ਼ਾ ਵਾ ਉਹ ਫਾਈਲਿੰਗ ਤੋਂ 1 ਮਹੀਨੇ ਦੇ ਬਾਅਦ ਮੇਰੇ ਹੱਥ ਵਿੱਚ ਹੈ।